ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਹੁਤ ਦਿਨਾਂ ਤੋਂ ਚਰਚਾ ਚ ਨੇ, ਇਸ ਕਰਕੇ ਵੀ ਕਿ ਉਹ ਲਗਾਤਾਰ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਔਰ ਖੇਤਰੀ ਪਾਰਟੀ ਦੇ ਹੱਕ ਚ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਨੇ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਜੋ ਜਾਣੇ ਅਣਜਾਣੇ ਚ ਗਲਤੀਆਂ ਹੋ ਗਈਆਂ ਸੀ ਉਹਦੀ ਮਾਫ਼ੀ ਮੰਗੀ। ਮਾਫ਼ੀ ਤੋਂ ਬਾਅਦ ਅਕਾਲੀ ਏਕਤਾ ਦੇ ਵੱਲ ਕੁਛ ਲੋਕ ਆਏ ਵੀ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਹੁਣ ਪਿੱਛੇ ਜਗਦੀਸ਼ ਸਿੰਘ ਗਰਚਾ, ਅਕਾਲੀ ਏਕਤਾ ਹੋਈ ਔਰ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋਇਆ ਚੋਣਾਂ ਦਾ। ਚੋਣਾਂ ਦੇ ਵਿੱਚ ਟਿਕਟਾਂ ਦੀ ਵੰਡ, ਪੰਡ ਦੇ ਵਿੱਚ ਰੌਲਾ ਪਿਆ ਇੱਥੋਂ ਸੰਗਰੂਰ ਤੋਂ ਕਿ ਇਕਬਾਲ ਸਿੰਘ ਝੁੰਦਾ ਨੂੰ ਜਦੋਂ ਟਿਕਟ ਦੇ ਦਿੱਤੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਜਿਹੜਾ ਉਹ ਗਰੁੱਪ ਆਇਆ ਨਾਲ, ਢੀਂਡਸਾ ਗਰੁੱਪ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਉਹਨਾਂ ਚ ਕਹਿੰਦੇ ਬੇਚੈਨੀ ਇਸ ਲੈਵਲ ਤੱਕ ਹੈ ਕਿ ਹੁਣ ਕੀ ਕਰਨ, ਮਤਲਬ ਕਿ ਸਰਪ੍ਰਸਤ ਨੂੰ ਠੀਬੀ ਵੱਜ ਗਈ, ਸਰਪ੍ਰਸਤ ਨਾਲ ਸਿਆਸਤ ਹੋ ਗਈ, ਪੁੱਛੇ ਨਹੀਂ ਗਿਆ ਕਿ ਟਿਕਟ ਕਿਹਨੂੰ ਦੇਣੀ ਹੈ ਜਾਂ ਕਿੱਥੇ ਦੇਣੀ ਹੈ, ਸਰਪ੍ਰਸਤੀ ਸਿਰਫ ਨੌ ਦੀ। ਤੇ ਦੂਜੇ ਪਾਸੇ ਇਹ ਹੁਣ ਉੱਥੇ ਮੀਟਿੰਗਾਂ ਹੋ ਰਹੀਆਂ ਨੇ ਢੀਂਡਸਾ ਗਰੁੱਪ ਦੀਆਂ, ਜਿਹੜੀ ਹੋਈ ਜਿਹੜੀ ਏਕਤਾ ਹੋਈ ਸੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਦਰਾਰ ਆ ਰਹੀ ਹੈ ਜਾਂ ਪੈਣ ਦੀ ਸੰਭਾਵਨਾ ਹੈ, ਨੰਬਰ ਵਨ। ਨੰਬਰ ਟੂ, ਬਠਿੰਡਾ ਸੀਟ ਉੱਥੇ ਪਰਮਪਾਲ ਕੌਰ ਔਰ ਗੁਰਪ੍ਰੀਤ ਸਿੰਘ ਮਲੂਕਾ, ਜਿਹੜੀ ਮਲੂਕਾ ਪਰਿਵਾਰ, ਮਲੂਕਾ ਨੂੰ ਵੀ ਮੌੜ ਦਾ ਜਿਹੜਾ ਉਹ ਹਲਕੇ ਦਾ ਇੰਚਾਰਜ ਸੀ ਉਹ ਵੀ ਖੋਲੀ ਗਈ ਹੈ, ਉੱਥੇ ਵੀ ਜਿਹੜੀਆਂ ਤਰੇੜਾਂ ਨਜ਼ਰ ਆਉਂਦੀਆਂ ਨੇ। ਤਰੇੜਾਂ ਤਾਂ ਅੱਜ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੀ ਉਹਨੇ ਸੋਸ਼ਲ ਮੀਡੀਆ ਤੇ ਬੀਬੀ ਕਿਰਨਜੋਤ ਨੇ ਲਿਖਿਆ, ਉਹ ਵੀ ਕਮਾਲ ਦਾ ਲਿਖਿਆ, ਕਹਿੰਦੀ ਕਮਾਲ ਹੋ ਗਈ, ਕਿਸ ਕਿਸਮ ਦੀ ਕਹਿੰਦੀ ਸਿਆਸਤ ਹੈ ਇਹ ਅੰਮ੍ਰਿਤਸਰ ਹਲਕੇ ਦੀ, ਕਿ ਜਿਹਦੀ ਤਾਂ ਬੈਕਗਰਾਉਂਡ ਅਕਾਲੀ ਹੈ, ਮਤਲਬ ਕਿ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਤਰਨਜੀਤ ਸਿੰਘ ਸੰਧੂ ਉਹ ਤਾਂ ਖੜਾ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ, ਦੂਜੇ ਪਾਸੇ ਜਿਹਦੀ ਬੈਕਗਰਾਉਂਡ RSS ਹੈ, ਮਤਲਬ ਕਿ ਅਨਿਲ ਜੋਸ਼ੀ, ਉਹ ਅਕਾਲੀ ਟਿਕਟ ਤੇ ਜਿਹੜਾ ਹੈ ਚੋਣ ਲੜ ਰਿਹਾ ਹੈ। ਤੇ ਫਿਰ ਬੀਬੀ ਕਹਿੰਦੀ ਹੈ ਇਹ ਲੀਡਰਾਂ ਨੇ ਨਾ ਜਿਹੜਿਆਂ ਨੇ ਸਾਡੇ ਅਕਾਲੀ ਦਲ ਜਿਹੜਾ 100 ਸਾਲ ਤੋਂ ਪੁਰਾਣੀ ਪਾਰਟੀ ਦਾ ਇਹ ਹਾਲ ਕਰਤਾ। ਮਤਲਬ ਇਸ ਕਿਸਮ ਦੀਆਂ ਆਵਾਜ਼ਾਂ ਦੇ ਵਿੱਚ ਜਦੋਂ ਏਕਤਾ ਦੀ ਗੱਲ ਚੱਲੀ ਤੇ ਏਕਤਾ ਤੋਂ ਬਾਅਦ ਚੋਣਾਂ ਆ ਗਈਆਂ, ਹੁਣ ਸਵਾਲ ਇਹ ਉੱਠਦਾ ਹੈ ਜਿਹੜੀ ਇੱਕੋ ਇੱਕ ਖੇਤਰੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਪੰਜਾਬ ਚ, ਇਸ ਹਾਲਾਤ ਦੇ ਵਿੱਚ ਦੁਬਾਰਾ ਏਕਤਾ ਤੇ ਜਿੱਥੇ ਪ੍ਰਸ਼ਨ ਚਿੰਨ੍ਹ ਪੈਦਾ ਹੋ ਰਿਹਾ, ਉੱਥੇ ਇਲੈਕਸ਼ਨ ਵੀ ਸਾਹਮਣੇ ਹੈ ਕਿ ਕਿੰਨੀਆਂ ਕੁ ਸੰਭਾਵਨਾਵਾਂ ਬਣਦੀਆਂ ਨੇ ਜਿੱਤਣ ਦੀਆਂ, ਇਹ ਸਾਰੀਆਂ ਗੱਲਾਂ ਤੇ ਅੱਜ ਆਪਾਂ ਗੱਲਬਾਤ ਕਰਨੀ ਹੈ। ਤੇ ਇਸ ਚਰਚਾ ਦੇ ਵਿੱਚ ਜਿਹੜੇ ਪੈਨਲਿਸਟ ਸ਼ਾਮਲ ਹੋ ਰਹੇ ਨੇ, ਤੁਹਾਡਾ ਉਹਨਾਂ ਦਾ ਤਾਰਫ ਕਰਾਵਾਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਨਾਲ ਸ਼ਾਮਲ ਨੇ ਸਵਾਰ ਸੁਰਜੀਤ ਸਿੰਘ ਭੱਲਰ ਤੇ ਸਿੱਖ ਚਿੰਤਕ ਉਪਜੀਤ ਸਿੰਘ ਬਰਾੜ ਸਾਹਿਬ, ਐਡਵੋਕੇਟ ਬਰਾੜ ਸਾਡੇ ਨਾਲ ਹੋਣਗੇ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਰਣ ਸਿੰਘ ਧਾਲੀਵਾਲ ਔਰ ਸੀਨੀਅਰ ਪੱਤਰਕਾਰ ਜਸਵੰਤ ਸਿੰਘ ਸਰੰਦ ਸਾਹਿਬ ਹੋਣਗੇ। ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਵੀ ਇਸ ਪ੍ਰੋਗਰਾਮ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਭੁੱਲਰ ਸਾਹਿਬ, ਇਹ ਜੋ ਅੱਜ ਦਾ ਮੁੱਦਾ ਕਹਿ ਲਓ, ਜੋ ਚਰਚਾ ਸੁਖਦੇਵ ਸਿੰਘ ਢੀਂਡਸਾ ਨੂੰ ਟਿਕਟ ਨਾ ਪਰਮਿੰਦਰ ਸਿੰਘ ਢੀਂਡਸਾ ਤੋਂ ਮਿਲਣ ਤੋਂ ਬਾਅਦ ਚੱਲ ਰਹੀ ਹੈ, ਜੋ ਕੁਛ ਮਲੂਕਾ ਪਰਿਵਾਰ ਦੇ ਨਾਲ ਉੱਥੇ ਹੋਇਆ ਹੈ, ਇਹ ਸਾਰੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੀ ਗੱਲਬਾਤ ਨੂੰ, ਸੰਭਾਵਨਾ ਵਾਲ? ਢੀਂਡਸਾ ਸਾਹਿਬ ਅਕਾਲੀ ਦਲ ਛੱਡ ਕੇ ਗਏ ਸੀਗੇ ਔਰ ਇੱਕ ਲੰਮੇ ਸਮੇਂ ਤੋਂ ਬਾਅਦ ਵਿੱਚ ਫਿਰ ਵਾਪਸ ਅਕਾਲੀ ਦਲ ਸ਼ਾਮਲ ਹੋਏ ਨੇ ਔਰ ਜਿਸਦਾ ਟਿਕਟ ਦਾ ਸਵਾਲ ਹੈਗਾ, ਟਿਕਟ ਤੇ ਜਦੋਂ ਬਾਈ ਇਲੈਕਸ਼ਨ ਆਈ ਹੈ ਜਿਸ 'ਚ ਮਾਨ ਸਾਹਿਬ ਇਲੈਕਸ਼ਨ ਜਿੱਤੇ ਸੀਗੇ, ਉਹ 'ਚ ਵੀ ਇਹਨਾਂ ਨੂੰ BJP ਤੋਂ ਟਿਕਟ ਮਿਲੀ ਨਹੀਂ ਸੀਗੀ ਔਰ ਟਿਕਟ ਦਾ ਕੋਈ ਐਸਾ ਨਹੀਂ ਸੀਗਾ ਕਿ ਉਹਨਾਂ ਨੂੰ ਕੋਈ ਟਿਕਟ ਦਾ ਵਾਅਦਾ ਕੀਤਾ ਗਿਆ ਸੀ ਜਾਂ ਟਿਕਟ ਉਹਨਾਂ ਨੂੰ ਦੇਣੀ ਸੀਗੀ। ਅਗਰ ਐਸੀ ਗੱਲ ਹੁੰਦੀ ਤਾਂ ਟਿਕਟ ਵਾਕਿਆ ਇਹਨਾਂ ਨੂੰ ਮਿਲਦੀ, ਕੋਈ ਹੋਰ ਐਸਾ ਨਹੀਂ ਸੀ ਜਿਹਨੂੰ ਦਿੱਤੀ ਜਾਂਦੀ। ਔਰ ਦੂਸਰੇ ਪਾਸੇ ਜਿਹੜਾ ਹੈਗਾ ਮਲੂਕਾ ਸਾਹਿਬ ਦਾ ਪਰਿਵਾਰ ਦਾ, ਅਤੇ ਬਹੁਤ ਸਾਰੇ ਪਰਿਵਾਰ ਨੇ, ਆਪਾਂ ਚਾਹੇ ਕਾਂਗਰਸ 'ਚ ਹਾਥੀ ਮਾਰ ਲਈਏ, ਚਾਹੇ ਅਸੀਂ BJP 'ਚ ਮਾਰ ਲਈਏ ਜਾਂ ਕਿਸੇ ਹੋਰ ਪਾਰਟੀ 'ਚ ਮਾਰੀਏ, ਜਿੱਥੇ ਇੱਕ ਪਰਿਵਾਰ ਦੇ ਕੁਛ ਜੀ ਕਿਸੇ ਪਾਰਟੀ 'ਚ ਨੇ, ਕੁਛ ਜੀ ਕਿਸੇ ਪਾਰਟੀ 'ਚ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ, ਕਿਉਂਕਿ ਮਲੂਕਾ ਸਾਹਿਬ ਦੇ ਜਿਹੜੇ
ਆਪਣੇ ਡਾਟਰ ਇਨ ਲਾਅ ਨੇ ਕੋਈ ਰਾਜਨੀਤੀ ਚ ਪਹਿਲਾਂ ਕੋਈ ਸਰਗਰਮ ਸੀਗੇ ਰਾਜਨੀਤੀ ਤੇ ਕਦੇ ਵੀ ਸਰਗਰਮ ਨਹੀਂ ਸੀਗੇ ਉਹ ਇੱਕ ਆਈਐਸ ਅਫਸਰ ਸੀਗੇ ਤੇ ਉਹਨਾਂ ਨੇ ਹੁਣ ਜਦੋਂ ਫੈਸਲਾ ਕੀਤਾ ਕਿ ਅਕਤੂਬਰ ਚ ਰਿਟਾਇਰਮੈਂਟ ਹੋਣੀ ਸੀ ਰਿਟਾਇਰਮੈਂਟ ਤੋਂ ਪਹਿਲਾਂ ਰਾਜਨੀਤਿਕ ਤੌਰ ਤੇ ਸਰਗਰਮ ਹੋਣ ਦਾ ਜਿਹੜੀ ਪਾਰਟੀ ਨਾਲ ਚੁਣੀ ਹੈ ਕੋਈ ਅਕਾਲੀ ਦਲ ਤੇ ਕਦੀ ਸੀ ਨਹੀਂ ਉਹ ਤੇ ਉਹ ਚ ਸਾਨੂੰ ਇੰਨਾ ਕੋਈ ਬੜਾ ਨਹੀਂ ਉਸ ਚੀਜ਼ ਦਾ ਲੈਣਾ ਚਾਹੀਦਾ ਕਿ ਜਿਹਦੇ ਨਾਲ ਅਕਾਲੀ ਦਲ ਨੂੰ ਫਰਕ ਪੈ ਗਿਆ ਜਾਂ ਮੁਲਕਾ ਪਰਿਵਾਰ ਨੂੰ ਫਰਕ ਪੈ ਗਿਆ ਅਗਰ ਫਰਕ ਪੈਂਦਾ ਹੁੰਦਾ ਤੇ ਪ੍ਰਤਾਪ ਬਾਜਵਾ ਹੋਣੀ ਇੱਕ ਜਣਾ ਉੱਪਰ ਰਹਿੰਦਾ ਇੱਕ ਜਣਾ ਥੱਲੇ ਰਹਿੰਦਾ ਇੱਕੋ ਘਰ ਚ ਹੀ ਦੋ ਝੰਡੇ ਲੱਗੇ ਆ ਫਰਕ ਤੇ ਹਰ ਜਗ੍ਹਾ ਤੇ ਪੈਂਦਾ ਤੁਹਾਡਾ ਆਪਦਾ ਪੱਖ ਹੈ ਕਿ ਨਹੀਂ ਪਰਿਵਾਰ ਜਿਹੜਾ ਢੀਂਡਸਾ ਨੂੰ ਨਹੀਂ ਕਿਹਾ ਸੀ ਜਾਂ ਵਾਅਦਾ ਨਹੀਂ ਕੀਤਾ ਸੀ ਭੁੱਲਰ ਸਾਹਿਬ ਇਹ ਸੋਚ ਰਹੇ ਨੇ ਲੇਕਿਨ ਲੋਕ ਕੀ ਸੋਚਦੇ ਨੇ ਪੈਨਲਿਸਟ ਕੀ ਸੋਚਦੇ ਨੇ ਉਹ ਤੇ ਆਪਾਂ ਗੱਲ ਕਰਦੇ ਹਾਂ ਸੋਹਲੀ ਸਾਹਿਬ ਕੀ ਖਿਆਲ ਹੈ ਭੁੱਲਰ ਸਾਹਿਬ ਕਹਿੰਦੇ ਕੋਈ ਫਰਕ ਨਹੀਂ ਪੈਣਾ ਗੱਲ ਇਹ ਹੈ ਫਰਕ ਪੈਣਾ ਨਾ ਪੈਣਾ ਇਹ ਆਪੋ ਆਪਣੀ ਸੋਚ ਹੈ ਵੀ ਤੁਸੀਂ ਜਿਹਦਾ ਘਰ ਫਾਟੂਗਾ ਉਹ ਨੁਕਸਾਨ ਹੋਣ ਤੋਂ ਬਾਅਦ ਵੀ ਇੰਨਾ ਨੁਕਸਾਨ ਹੋ ਗਿਆ ਕਹੇ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਜਿੱਦ ਵਾਲੀ ਗੱਲ ਹੈ ਵੀ ਮੈਂ ਨਾ ਮੰਨੂ ਜਿਵੇਂ ਬੱਚੇ ਨਹੀਂ ਕਰਦੇ ਹੁੰਦੇ ਵੀ ਮੈਂ ਨਾ ਮੰਨੂ ਫਰਕ ਤਾਂ ਇੱਕ ਇੱਕ ਵੋਟ ਨੂੰ ਲੇਹਲੀਆਂ ਕੱਢਣੀਆਂ ਨੇ ਆਪਾਂ ਨੇ ਇਹ ਕੱਦਾਵਰ ਲੋਕ ਜਿਹੜਾ ਇਹਨਾਂ ਨੇ ਡੌਂਡਕੀ ਪਿੱਟੀ ਵੀ ਅਕਾਲੀ ਦਲ ਚ ਏਕਾ ਹੋ ਗਿਆ ਹੋਵੇ ਮਾਫੀਆਂ ਮੰਗ ਲਈਆਂ ਉਹ ਸਾਰਾ ਅਸੀਂ ਉਦੋਂ ਤੋਂ ਹੀ ਰੌਲਾ ਪਾਇਆ ਵੀ ਏਕਾ ਹੋਇਆ ਕਿਹਦੇ ਨਾਲ ਜਿਹੜੇ ਇਹਨਾਂ ਚੋਂ ਨਿਕਲ ਕੇ ਗਏ ਸੀ ਇਹਨਾਂ ਨੂੰ ਛੱਡ ਕੇ ਉਹੀ ਜਾ ਕੇ ਦੁਬਾਰਾ ਇਹਨਾਂ ਨਾਲ ਦੁਬਾਰਾ ਫੇਰ ਇਹਨਾਂ ਨੂੰ ਜੁਆਇਨ ਕਰਕੇ ਉਹਨਾਂ ਨਾਲ ਜਦ ਹੁਣ ਦੂਜੀ ਦੁਬਾਰਾ ਫੇਰ ਉਹਨਾਂ ਨਾਲ ਇਹੀ ਕੰਮ ਕੀਤਾ ਜੋ ਬੰਦੇ ਨੂੰ ਆਪਣੀ ਪਾਵਰ ਦਾ ਨਸ਼ਾ ਹੁੰਦਾ ਹੈ ਅੱਜ ਪਾਵਰ ਦਾ ਰਸਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਿਕ ਤੌਰ ਤੇ ਤਾਂ ਹੈ ਨਹੀਂ ਉਹ ਤਾਂ ਉੱਧਰ ਤਾਂ ਰਿਹਾ ਨਹੀਂ ਕੁਛ ਹੁਣ ਜੋ ਪਾਵਰ ਦਾ ਨਸ਼ਾ ਉਹ ਇੰਨਾ ਗਿਆ ਵੀ ਤਖਤਾਂ ਦੇ ਜਥੇਦਾਰਾਂ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦੇ ਆਧਾਰ ਤੇ ਅੱਜ ਵੀ ਅਸੀਂ ਇੱਕ ਨਕਾਤੀ ਪ੍ਰੋਗਰਾਮ ਫੈਸਲੇ ਆਪਣੀ ਮਰਜ਼ੀ ਦੇ ਕਰਦੇ ਹਾਂ ਇਹ ਹੁਣ ਜਿਹੜੇ ਗਏ ਨੇ ਆਪਣੀ ਸੋਚ ਲੈ ਕੇ ਗਏ ਹੋਣਗੇ ਦੂਜੇ ਬੰਨੇ ਸਾਡੇ ਭਰਾ ਦਾ ਭੁੱਲਰ ਸਾਹਿਬ ਦਾ ਇਹ ਕਹਿਣਾ ਵੀ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਭਰਾ ਇੱਕ ਇੱਕ ਵੋਟ ਦਾ ਪੈਂਦਾ ਹੁੰਦਾ ਹੈ ਇੱਕ ਵੋਟ ਨੇ ਰਿਜ਼ਲਟ ਦੇ ਦੇਣਾ ਵੀ ਆਹ ਜਿੱਤ ਰਿਹਾ ਆਹ ਹਾਰ ਰਿਹਾ ਜੇ ਆਪਾਂ ਨਾ ਫਰਕ ਪੈਂਦਾ ਹੋਵੇ ਫਿਰ ਆਪਾਂ ਲੇਹਲੀਆਂ ਕਿਉਂ ਕੱਢੀਏ ਆਹ ਕਿਵੇਂ ਫਿਰਦੇ ਨੇ ਜੀ ਕੋਈ ਉੱਧਰ ਰਲ ਗਿਆ ਕੋਈ ਉੱਧਰ ਰਲ ਗਿਆ ਫਰਕ ਇੱਕ ਇੱਕ ਬਾਲੀ ਆ ਜੀ ਇੱਕ ਇੱਕ ਵੋਟ ਦਾ ਪੈਂਦਾ ਜਿਹੜੀ ਗੱਲ ਚਲੋ ਇਹ ਤਾਂ ਹੋ ਗਈ ਨਾ ਤੁਸੀਂ ਜਿਹੜਾ ਤੁਹਾਡਾ ਸੰਕੇਤ ਹੈ ਢੀਂਡਸਾ ਪਰਿਵਾਰ ਵੱਲ ਤਾਂ ਪਰ ਜਿਹੜੀ ਗੱਲ ਬੀਬੀ ਕਿਰਨਜੋਤ ਨੇ ਕਹੀ ਹੈ ਕਿ ਕਹਿੰਦੇ ਸੀ ਵੀ ਅਸੀਂ ਮੁੜ ਪੰਥਕ ਪਾਰਟੀ ਬਣ ਗਏ ਤੇ ਇਹ ਤਾਂ ਆਰਐਸਐਸ ਦੇ ਜਿਹੜੇ ਬੰਦਿਆਂ ਨੂੰ ਟਿਕਟਾਂ ਦੇ ਰਹੇ ਨੇ ਉਹਦੇ ਬਾਰੇ ਕੀ ਕਹੋਗੇ ਬੀਬੀ ਕਿਰਨਜੋਤ ਜੋ ਕਹਿ ਰਹੀ ਹੈ ਬੀਬੀ ਕਿਰਨਜੋਤ ਪਹਿਲਾਂ ਵੀ ਰੌਲਾ ਪਾਉਂਦੀ ਰਹੀ ਵੀ ਸਾਡੇ ਅੰਦਰ ਸੰਨ ਲੱਗ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਸੰਨ ਲੱਗ ਗਈ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹੀ ਕਹਿੰਦੇ ਨੇ ਵੀ ਸਾਡਾ ਚੋਣ ਸਾਨ ਤੱਕੜੀ ਹੈ ਮੰਨ ਲਈਏ ਇਹਨਾਂ ਦੇ ਅੰਦਰ ਵੀ ਸੰਨ ਲੱਗ ਗਈ ਆਰਐਸਐਸ ਦੀ ਥੋੜੋ ਬੜੀ ਹੈ ਹੁਣ ਉਹਦੇ ਆਧਾਰ ਤੇ ਗੇੜਾ ਆਈ ਜਾ ਰਿਹਾ ਅਕਾਲੀ ਦਲ ਜ਼ਿਆਦਾਤਰ ਤੇ ਇਹੀ ਅੱਜ ਵੀ ਲੋਕਾਂ ਦੇ ਮਨਾਂ 'ਚ ਹੈ ਵੀ ਇਹਨਾਂ ਨੇ ਅੰਦਰੂਨੀ ਸਮਝੌਤਾ ਨਹੀਂ ਤੋੜਿਆ ਜੇ ਅੰਦਰੂਨੀ ਸਮਝੌਤਾ ਤੋੜਿਆ ਹੁੰਦਾ ਤਾਂ ਇਹੋ ਜਿਹੀਆਂ ਗੱਲਾਂ ਨਾ ਹੁੰਦੀਆਂ ਇਹ ਤਾਂ ਹੋ ਰਹੀਆਂ ਨੇ ਤਾਂ ਜੇ ਕਿਤੇ ਮਾੜੀ ਮੋਟੀ ਚੰਗਿਆੜੀ ਗਿਰੂਗੀ ਧੂੰਆਂ ਉੱਥੋਂ ਹੀ ਆਉਂਦਾ ਹੁੰਦਾ ਹੈ ਇਹ ਤਾਂ ਹੁਣ ਇਹਨਾਂ ਨੇ ਦੇਖਣਾ ਇਹ ਸੱਚ ਦਾ ਧੂੰਆਂ ਆ ਰਿਹਾ ਜਾਂ ਝੂਠ ਦਾ ਜੇ ਅਸੀਂ ਦੋਸ਼ ਲਾਉਂਦੇ ਹਾਂ ਸਾਡੇ ਤੇ ਤਾਂ ਇਹ ਤਰ੍ਹਾਂ ਤਰ੍ਹਾਂ ਦੇ ਠੱਪੇ ਲਾਉਂਦੇ ਨੇ ਵੀ ਇਹ ਤਾਂ ਜੀ ਫਲਾਣੀ ਏਜੰਸੀ ਦੇ ਨੇ ਜੀ ਇਹਦਾ ਫਲਾਣੀ ਪਾਰਟੀ ਇਹਨਾਂ ਨੂੰ ਚਲਾ ਰਹੀ ਹੈ ਹੁਣ ਤਾਂ ਭੁੱਲਰ ਸਾਹਿਬ ਮੈਂ ਤੁਹਾਨੂੰ ਵੀ ਸੁਣਦਾ ਰਿਹਾ ਤੁਸੀਂ ਵੀ ਸਾਨੂੰ ਕਹਿੰਦੇ ਰਹੇ ਹੁਣ ਤਾਂ ਨਹੀਂ ਅਸੀਂ ਕਿਸੇ ਵੱਲੋਂ ਹੁਣ ਤਾਂ ਤੁਹਾਡਾ ਆਪਣਾ ਹੀ ਘਰ ਫਟ ਰਿਹਾ ਤੁਹਾਡੇ ਆਪਣੇ ਇੱਕ ਦੂਜੇ ਨੂੰ ਕਹਿ ਰਹੇ ਨੇ ਹੁਣ ਉੱਥੇ ਤਾਂ ਮੰਨ ਲਓ ਵੀ ਕਿਤੇ ਨਾ ਕਿਤੇ ਗੜਬੜ ਕਰਦੇ ਨੇ ਤੁਹਾਡੇ ਲੀਡਰ ਗੜਬੜ ਹਾਲੇ ਹਟਣੋਂ ਹੋਣੋਂ ਹਟਣੀ ਨਹੀਂ ਹੈ ਅੱਜ ਇਹ ਜੋ ਕੁਝ ਹੈ ਪਰ ਅੱਜ ਵੀ ਪਾਵਰ ਦਾ ਪਤਾ ਨਹੀਂ ਕਿਹੜੀ ਪਾਵਰ ਦੇ ਨਸ਼ੇ ਕਰਕੇ ਅਸੀਂ ਅੱਜ ਵੀ ਨਿਮਰਤਾ 'ਚ ਨਹੀਂ ਆਉਣਾ ਚਾਹੁੰਦੇ ਗੁਰੂ ਨੂੰ ਗੁਰੂ ਨਹੀਂ ਮੰਨ ਰਹੇ ਜਿਹਦੇ ਕਰਕੇ ਹਾਲਾਤ ਇਹੋ ਜਿਹੇ ਨੇ ਹਾਲੇ ਖੜੋ ਦੇਖਿਓ ਜਿਉਂ ਜਿਉਂ ਅਨਾਉਂਸ ਕਰਨਗੇ ਟਿਕਟਾਂ ਦਾ ਇਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਸਾਡੇ ਨਾਲ ਕੀ ਹੋ ਰਿਹਾ ਚਲੋ ਠੀਕ ਹੈ ਤੁਹਾਡੀ ਗੱਲ ਜਸਵੰਤ ਸਿੰਘ ਜੀ ਇੱਕ ਪੱਤਰਕਾਰ ਦੀ ਨਿਗਾਹ ਕੀ ਕਹਿੰਦੀ ਹੈ ਜੀ ਬਾਲੀਆ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਕੁਐਸਚਨ ਕੀਤਾ ਇਹ ਮੁੱਦਾ ਰੱਖਿਆ ਹੈ ਅਕਾਲੀ ਏਕਤਾ ਅਕਾਲੀ ਦਲ ਦੇ ਸੰਭਾਵਨਾਵਾਂ ਚੋਣਾਂ 'ਚ ਇਸ ਟਾਈਮ ਜਿਹੜੀ ਸਥਿਤੀ ਹੈ ਉਹ ਅਕਾਲੀ ਦਲ ਨੂੰ ਖੁਦ ਪਤਾ ਹੈ ਕਿ ਉਹ ਕਿੱਥੇ ਖੜੇ ਨੇ ਜਿਹੜੀ ਕਿ ਇਹਨਾਂ ਦੀ ਮਾਰਚ ਯਾਤਰਾ ਨਿਕਲੀ ਹੈ ਪੰਜਾਬ ਬਚਾਓ ਯਾਤਰਾ ਉਹਦਾ ਇਹਨਾਂ ਨੂੰ ਇੰਨਾ ਲਾਭ ਹੋਣ ਦੀ ਕੋਈ ਸੰਭਾਵਨਾ ਲੱਗਦੀ ਨਹੀਂ ਰਹੀ ਤੇ ਦੂਸਰੀ ਗੱਲ ਇਹ ਹੈ ਵੀ ਕਿ ਜਿਹੜੇ ਇਹਨਾਂ ਦੇ ਬੰਦੇ ਜਾ ਰਹੇ ਨੇ ਹੁਣ ਫਿਰ ਜਾਣਗੇ ਢੀਂਡਸਾ ਸਾਹਿਬ ਨੂੰ ਟਿਕਟ ਨਹੀਂ ਮਿਲੀ ਇਹ ਕਹਿੰਦੇ ਨੇ ਵੀ ਸਾਡੀ ਕੋਈ ਗੱਲ ਨਹੀਂ ਹੋਈ ਸੀ
पर ढींडसा साहब ने बयान च क्लीयर किया है भी साड़ी जिहड़ी गल हुई थी उहदे ते इह पूरे नहीं उतरे क्यों परमिंदर सिंह वास्ते उन्हें ढींडसा टिकट मंगी सी उन्होंने तो उन्हें साफ किरिया अखबारों च भी अज सुर्खियां बनिया हुई ने तो ये लगता नहीं है अकाली दल कोई गेन कर पाऊगा क्योंकि जी वोट है इन्हों की खिसक चुकी है अकाली दल की वोट पहला आम आदमी पार्टी लैगी कुछ कांग्रेस लैगी सी हुण बीजेपी बहुत बड़े लीडर पटके लै चुकी है तो उन्होंने भी वोट जाऊगी जाएगी इन्हों की जोड़े इन्हों का ग्राफ अजे बराबर नहीं आ रहा जे कहने अज भी असं बहुत उपर अप आ गए हैं तो अकाली दल को बहुत मुश्किलों का सामना करना पेगा आने वाले समय च जिस तरह की हूँ चल रहा है मैं थोड़ी जी गल कर संकोच नहीं करूंगा क्योंकि मतलब बड़े समझदार ने बैठे ने अपने भुल्लर साहब हो सकता है गह सुनेहा पहुंचा जेडे अकाली यात्रा कर रहे ने इन्हों का जो लंगर है गुरुद्वार चो जाता देखो किसी पिंड च अपने पड़ाव कर लिया दोपहर का उत्थे कानफ्रेंस कर ली गुरुद्वारे दी गड्डियां लंगर लेके जाते हैं जो लोग देखते हैं ना लोगों को बड़ा ये चिड़चिड़ी होंगी है भी देखो अकाली हूँ भी नहीं हटते हैं इन्हों का किसी जिले च अपना दफ्तर मैनू नहीं लगता है इन्हों के दफ्तर जो गुरुद्वारों के बीच ही ने गुरुद्वार की राजनीति ये छड़ नहीं रहे गुरु घर जिहड़ा एक श्रद्धालु मत्था टेकण आउंदा है वह 10 रुपए 20 रुपए 50 रुपए चढ़ाउंदा भी मेरे किसी कार्ज लगनगे पर उन्होंने एक चिंता खा रही है आम जो लोगों जो सानू लोग मिलते हैं भीड़ च वो ये कहते ने भी गुरुद्वारे पैसे तो असं श्रद्धा न चढ़ाने पर खाते ये इन्हों प्रधान का नाव लेंदे ने भी उ खा जाते लंगर च जनादे अकाली आके बैठ गए यह बड़ा इन्हों फिट सैटबैक लगेगा कि इन्हों आने वाले टाइम च यह भी इन्हों भुगतना पेगा बाकी जी गल अज ही गल कर रहे हैं कोई आम आदमी पार्टी के दुखी है कहें बहुत खिलाफ हो गए आम आदमी पार्टी के लोग तो वोट जाऊगी कि खिलाफ होगी वो वोट जा तो मतलब इधर चली जाऊगी मान साहब न चली जाऊगी देख लो थोड़े सामने जैसे मान ने एनालिसिस भी करते हैं जो एलीगेशन लाया कि सियासत श्रोमणी कमेटी को वरत्या जा रहा है आप अगे जाके भुल्लर साहब तो लवेंगे जवाब लेकिन हम तो एक ब्रेक का टाइम हो गया पहला ब्रेक ले लीए मिलते हैं ब्रेक तो बाद चर्चा ब्रेक तो बाद तुहाडा फिर स्वागत बराड़ साहब एडवोकेट उपजीत सिंह बराड़ साहब किवें देख रहे हो सारी स्थिति प्रोफेसर साहब जिवें बीबी किरणजीत कौर ने किरणजीत ने कहा जिहड़ा अमृतसरों भी जिहड़े तां जिन्हां दा अकाली दल दा पिछोकड़ा वह दूजे पासे चले गए तो जिहड़े दूजे वाले सीगे इधर आ गए ये बिल्कुल उन्हां दी गल दे विच बहुत वजन आ ते इहदा जिहड़ा ये सिस्टम आ ये हुण तों नहीं 1996 तो शुरू हो गया सीगा जदों के मोगा कन्वेंशन दे विच अकाली दल ने पंजाबी पार्टी दे रूप दे विच तब्दील हो गई सीगी ते बेशक उहदा जिहड़ा नूं फायदा भी होया पर उस तो बाद हौली हौली इन्हां नूं इहदा खमियाजा भी भुगतना शुरू होया खास तौर पर जदों गुरु ग्रंथ साहिब दी बेअदबी हुई आ 2015 दे विच उस तो बाद जिस जिहड़ा सिनेरियो चलिया जो श्रोमणी कमेटी का रोल है वह सारा जिहड़ा सिस्टम आ उहदे नाल अकाली दल जिहड़ा हेठां वल नूं जांदा रहा ते खास तौर पर जदों जिसे वादे किए थे भी जदों साडी सत्ता च आऊगी तो सहजा जुडिशियल कमीशन कायम करांगे जिहदे च जिहड़ियां वधीकियां होईयां सिख नौजवानां दे नाल पुलिस वल्लों कीतियां गईयां उहनां दा इंसाफ दिया जाऊगा पर जदों डी जी पी समेत सैनी लाते गए तो इजहार आलम वगैरह आ गए तो उह तों स्पष्ट हो गया सीगा भी अकाली दल किधर जा रहा है तो ये जिहड़ा फिर इन्हां दा इहने ही अकाली दल दे विच जदों अकाली दल जा रहा सीगा दो इलैक्शन 2017-15 सीटा 2022 तीन सीटा तो उस तो बाद जिमें यह ढींडसा साहब होनी फिर पहला जो कट्ठे सीगे बाद चले गए ये तो उस तो बाद जो दोबारा पहला इन्होंने कहा सिद्धांतक तौर पर जिहड़ियां गल्लां कीतियां अकाल तख्त साहब तो माफ़ी मंगाई जाए अकाल तख्त साहब तो माफ़ी मंगण अकाली दल के जिहड़े प्रधान आ सारा कुछ जो होईआं है पर वह अजिहा कुछ ना होया जो खाना पूर्ति जिमें हुई तो उस तो बाद इन्हां दा समझौता हो गया तो यह कहा गया पंथ च एका हो गया पर वो पंथ का एका भी हुण सरेआम सब दे सामने आ गया भी जिहड़ी सीट का ढींडसा साहब का बयान आ भी मैनू ये कहा गया सीगा भी ये जिहड़ी सीट संगरूर की तुहानू ढींडसा नूं दित्ती जाऊगी परिवार नूं पर वो मैनू बगैर सलाह किए मैनू बगैर पुछे तो इन्होंने सीट दूजे पासे देती तो ये कहानी तो है ही आ दूजे पासे गल बिल्कुल सही आ
जिहड़ी पंथक उम्मीदवार आ अकाली दल पूरी तरह नहीं दे सकिया, चाहे पटियाले की सीट ला लो चाहे अमृतसर की सीट ला लो, तो वह भावें इन्हों की आइडियोलॉजी हो सकती है भी जी जिमें पंजाबी पार्टी बनाई आ भी सारे नाल लेके चलन दे उहदा किन्ना फायदा होना किन्ना नुकसान होना वह समा दसूगा, पर अज की डेट के अकाली दल की स्थापना 1920 जिहड़े सिधांतां नूं लैके गई सी कि सिख सिधांतां नूं लैके ते गुरद्वारिआं दी साफ संभाल दे लई उदों अकाली दल काफ़ी ज़्यादा दूर होया जिहदा खमियाजा भुगतना पिया। इत्थे तक मैं इह वी दसणा चाहुंदा 1978 तो जदों निरंकारी साका होया तां उहदे बारे उहते अकाली अकाल तख्त साहब वल्लों इक हुक्मनामा जारी कीता गिआ सीगा वी निरंकारीआं नाल बेटी ते वोटी दी कोई सांझ नहीं रखणी। पर मैं तुहानूं याद इह गल कराउणी चाहुंदा वी हुणे पिछे जे मैं सिधांतों की गल कर रहा अकाली दल के जी अकाली दल अजे भी उभर नहीं रहा, अकाली दल उस पोजिशन च घूम रहा है सिधांतों वाल नहीं जा रहा। एक निरंकारी के भोग आ जोड़ा गुरु उत्थे गुरद्वारा साहब पाए गए तो अकाली दल के बड़े बड़े लीडर वो शामिल होए तो उतों के एक प्रमुख पत्रकार ने यदि अकाल तख्त साहब से शिकायत भी की सारे ने की परनाला का उत्थे उत्थे रहा सोशल मीडिया से वीडियो वायरल हुई कहण का भाव असं उही गलतियां अजे भी दोहराई जा रही जिदा कि जोड़ा संदेश आ वो लोगों के बहुत माड़ा जा रहा है। तो अकाली दल जिमें सिधांतक तौर पर मुड़ना चाहिए सीगा उस हिसाब के नाल अकाली दल अजे नहीं मुड़ सकिया, तो अकाली दल नू बहुत कुछ अपना जो विचार की लोड़ आ पोलीटिकल सिस्टम के लिए वोटा दे जो करी जाराट साहब थोड़ा मतलब यह है जिनी तुम गल की है जो मेरा ख्याल है साढ़े दर्शकों ने रिसीव की है कि ये जेडे कारण तुम दसे ने उन्हां कारणां करके हाले भी जिहड़ा है पोजिशन कोई ज्यादा संभावनावां जिहड़ा साडा दा मुद्दा है वो नहीं नजर आउंदियां, तुसीं इह कहना चाहुंदे हो मेरा ख्याल है जी? सही कह रहे हो, मेरा मतलब यही है भी अकाली दल नूं जिवें सिधांतां वल मुड़ना चाहीदा सीगा उदां मुड़न दे विच पूरी तरह जे सफल नहीं हो रहे, ते दूजे पासे जिन्हां नाल इक इहदी गल कर रहे सीगे उहनां नूं भी इहनां ने इक तरीके नाल फेर दूर कर लिया, तो जदों अपनियां नूं नहीं अजे संभाल सकिया अकाली दल तां दूजियां नूं किवें संभालूगा, यह सोचण वाली गल आ ते इह गल ते विचार करन दी लोड़ आ जिहदा कि आने वाले समें च बहुत ज्यादा प्रभाव पैणा नजर आ रहा है। यही विचार आपां राठ साहब यही विचार तां कर रहे हां आपां। डॉक्टर राठ सिंह धालीवाल फिर आपां अगे वधांगे, पहलां तुहाडी टिप्पणी। अकाली दल दे तीन मुख जिहड़े आस्पैक्ट सी जी, एक धार्मिक सिखां दी नुमाइंदगी सी उहदे ते बहुत सारी बराड साहब ने भी पत्रकार मित्र ने भी काफ़ी गल हो गई है। दूजे जिहड़े दो पक्ष मैं उभारना चाहूँगा, एक अकाली दल का सिधांत सी पंच प्रधानी लीडरशिप, तीन धुरे सी, एक एस जी पी सी का प्रधान, एक अकाली दल का प्रधान, एक मुख्यमंत्री जां मुख्यमंत्री का उम्मीदवार, यह तीन बड़ियां संस्थावां सी जिहड़े इन्हां ने मुखी हुंदे सी उह बैठ के फैसला लैंदे सी। एक वक्त आया जदों इह तिन्ने अहुदिआं ते इक्को बंदे दा कब्जा हो गया, मेरी मुराद सरदार प्रकाश सिंह बादल दी है, ते फिर पंच प्रधानी दी बजाए इक्को बंदे दा सारा हुक्म चलना शुरू हो गया उह व्यक्ति दा। सो सरदार सुखबीर सिंह बादल, प्रकाश सिंह बादल दी मौत तों बाद सुखबीर सिंह बादल ते बड़ा प्रैशर आया कि दोबारा वो सिचुएशन खड़ी की जाए। बीबी जगीर कौर ने तो बिल्कुल ऐलान ही किया भी मतलब जिहड़ा वो लफाफे चो नौ निकलना बंद होवे, ते इन्होंने उन्हों थोड़ा जा सुधार करना चाहिया कि जे उहदे विच कोई सुधार हो जाए, परंतु आ ढींडसा साहब वाली एकता तो बाद यह फैसला ले लेना। ढींडसा साहब की कहिंदे ने मेरा इस गल नाल कोई तालुकात नहीं, परंतु सरप्रस्त नूं किते कंसल्ट ही ना करना, सरप्रस्त नूं पता ही ना होना कि फैसला किने लिया किवें लिया गया है, ये अपने आप से फिर प्रश्न चिन्ह लगता है कि साड़ी पंज प्रधानी जिहड़ी प्रणाली है सिख मत दी सिखां दे फैसले लैण दी उहदे तों असीं दूर हटे हाँ। जेकर ये सियासी धिर की गल उहदे विच जेकर अकाली दल नूं लगता है कि हुण इह पंजाबी पार्टी है तां अकाली दल नूं जिहड़े अपने तीन मुख वोटर का हिस्सा है, एक सी सिख वोटर, एक सी किसान वोटर, एक सी पंजाबी वोटर। किसान वोटर किसानी अंदोलन च हिल गया, सिख वोटर नू शुरू च इन्हां ने जदों पहला एस जी पी सी के जिहड़े मैंबर हुंदे सी वोट पाउण लई वोटर, ओह सहजधारी
ਸਹਿਜਧਾਰੀ ਸਿੱਖ ਵੀ ਹੁੰਦੇ ਸੀ, ਕਾਨੂੰਨ ਬਣਾ ਕੇ ਉਹਨਾਂ ਨੂੰ ਕੱਢ ਦਿੱਤਾ ਗਿਆ ਕਿ ਸਹਿਜਧਾਰੀ ਸਿੱਖ ਵੋਟਰ ਨਹੀਂ ਹੋਣਗੇ, ਉਹਨਾਂ ਨੂੰ ਪਾਸੇ ਧੱਕਿਆ ਗਿਆ, ਉਹਨਾਂ ਦੀ ਸਾਇਕੀ ਨਾਲ ਖਿਲਵਾੜ ਹੋਈ। ਉਸ ਤੋਂ ਬਾਅਦ ਹੌਲੀ ਹੌਲੀ ਇਹ ਪੰਜਾਬੀ ਪਾਰਟੀ ਵੀ ਬਣ ਗਈ। ਉਹ ਆਮ ਵੋਟਰ ਨੂੰ ਸਮਝ ਨਹੀਂ ਲੱਗਦਾ ਵੀ ਜਦੋਂ ਤਾਂ ਅਸੀਂ ਅਕਾਲੀ ਦਲ ਨੂੰ ਵੋਟ ਦੇਣੀ ਹੈ ਉਦੋਂ ਤਾਂ ਅਸੀਂ ਸਿੱਖ ਹਾਂ, ਤੇ ਜਦੋਂ ਅਸੀਂ ਐਸ ਜੀ ਪੀ ਸੀ ਦੀ ਵੋਟ ਪਾਉਣੀ ਹੈ ਉਹੀ ਬੰਦਾ ਉਦੋਂ ਸਿੱਖ ਨਹੀਂ। ਸੋ ਇਹਨਾਂ ਚੀਜ਼ਾਂ ਦੇ ਵਿੱਚ ਨਖੇੜਾ ਕਰਨਾ ਬਣਦਾ। ਜੇਕਰ ਇਹ ਨਖੇੜਾ ਨਹੀਂ ਹੁੰਦਾ ਤਾਂ ਭੰਬਲ ਭੂਸਾ ਇਹ ਇਸ ਤਰ੍ਹਾਂ ਹੀ ਰਹੇਗਾ, ਤੇ ਜਾਂ ਸ਼੍ਰੋਮਣੀ ਕਮੇਟੀ ਤੋਂ ਛੱਡ ਕੇ ਅਕਾਲੀ ਦਲ ਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਕਿ ਅਸੀਂ ਇੱਕ ਪੰਜਾਬ ਦੀ ਨੁਮਾਇੰਦਾ ਪਾਰਟੀ ਹਾਂ, ਸਿੱਖ ਧਰਮ 'ਚ ਸਾਡਾ ਵਿਸ਼ਵਾਸ ਹੈ, ਜਾਤੀ ਤੌਰ 'ਤੇ ਹੈ, ਅਸੀਂ ਸਿੱਖਾਂ ਨੂੰ ਨੁਮਾਇੰਦਗੀ ਉਹਨਾਂ ਦੀ ਨਹੀਂ ਕਰਦੇ। ਮੈਨੂੰ ਲੱਗਦਾ ਇਹ ਗੱਲ 'ਚ ਨਖੇੜਾ ਹੋਣਾ ਚਾਹੀਦਾ। ਜੇਕਰ ਇਹ ਨਖੇੜਾ ਨਹੀਂ ਹੁੰਦਾ ਤਾਂ ਇਸ ਗੱਲ 'ਤੇ ਇੱਦਾਂ ਹੀ ਵਿਚਾਰਾਂ ਹੁੰਦੀਆਂ ਰਹਿਣਗੀਆਂ, ਤੇ ਇਹਦਾ ਨਖੇੜਾ ਕਰਨ ਲਈ ਆਪਾਂ ਨੂੰ ਹੋਰ ਚਿੰਤਕਾਂ ਨੂੰ ਬੈਠ ਕੇ ਵਾਰ ਵਾਰ ਚਿੰਤਾ ਕਰਨੀ ਪਊਗੀ। ਇਹ ਅਗਲੀ ਟਿੱਪਣੀ, ਫਿਰ ਮੈਂ ਅਗਲੀ ਗੱਲ। ਬਿਲਕੁਲ, ਜਿਹੜੀ ਗੱਲ ਧਾਲੀਵਾਲ ਸਾਹਿਬ ਤੁਸੀਂ ਕਹੀ ਹੈ ਨਾ, ਮੈਂ ਸ਼ੁਰੂ ਚ ਕਿਹਾ ਸੀ ਕਿ ਸਰਪ੍ਰਸਤ ਨਾਲ ਹੀ ਸਿਆਸਤ ਹੋਗੀ। ਇਹ ਤਾਂ ਉਸ ਤਰ੍ਹਾਂ ਦਾ ਸਰਪ੍ਰਸਤ ਬਣਾਤਾ ਜਿਵੇਂ ਮੋਦੀ ਸਾਹਿਬ ਨੇ ਐਲ ਕੇ ਅਡਵਾਨੀ ਨੂੰ ਬਿਠਾਤਾ, ਐਲ ਕੇ ਅਡਵਾਨੀ ਨੂੰ ਘੱਟੋ ਘੱਟ ਜਾ ਕੇ ਟਾਈਮ ਤੇ ਜਿਵੇਂ ਭਾਰਤ ਰਤਨ ਦੇ ਤਾਂ ਕੁਛ ਹੋਰ ਦੇਤਾ, ਇੱਥੇ ਤਾਂ ਹਲੇ ਉਹ ਸੁਭਾਅ ਨਾਲ ਬਣ ਗਏ ਜੋ ਬਸ ਬਸ ਉਹੀ ਆਸ਼ੀਰਵਾਦ ਲੈਣ ਦੀ ਗੱਲ ਹੈ। ਖੈਰ, ਕਈ ਕਈ ਕਿਸਮ ਦੇ ਸਵਾਲ ਉੱਠੇ ਨੇ ਤੇ ਉਹਨਾਂ ਦੇ ਜਵਾਬ ਦੇਣ ਲਈ ਭੁੱਲਰ ਸਾਹਿਬ ਸਾਡੇ ਨਾਲ ਨੇ। ਪਰਜੀਤ ਸਿੰਘ ਭੁੱਲਰ ਸਾਹਿਬ, ਹੈਲੋ। ਹਾਂਜੀ ਹਾਂਜੀ ਭੁੱਲਰ ਸਾਹਿਬ, ਗੱਲ ਕਰੋ। ਕੀ ਸਵਾਲ ਕੀਤਾ ਸੀਗਾ ਤੁਸੀਂ? ਮੈਂ ਇਹ ਕਹਿ ਰਿਹਾ ਸੀ ਕਿ ਜੀ ਜਿਵੇਂ ਸਹੋਲੀ ਸਾਹਿਬ ਨੇ ਤੇ ਬਾਕੀ ਪੈਨਲਿਸਟ ਨੇ ਕੋਈ ਸਵਾਲ ਉਠਾਏ ਨੇ, ਉਹਨਾਂ ਦਾ ਜਵਾਬ। ਦੇਖੋ, ਇਸ ਤਰ੍ਹਾਂ ਹੈਗਾ, ਇਹਨਾਂ ਦੇ ਆਪਣੇ ਸਵਾਲ ਜਿਹੜੇ ਹੈਗੇ ਆ ਬਿਲਕੁਲ ਠੀਕ ਨੇ ਕਿ ਇੱਕ ਜਿਹੜੀ ਜਥੇਬੰਦੀ ਹੋਵੇ ਔਰ ਵੱਡੀ ਪੁਰਾਣੀ ਹੋਵੇ ਔਰ ਜਿਹਨੇ ਪੰਜਾਬੀਆਂ ਦੀ ਲੜਾਈ ਹਮੇਸ਼ਾ ਲੜੀ ਹੋਵੇ, ਅਗਰ ਉਹਦੇ ਵਿੱਚ ਕਿਤੇ ਕੋਈ ਕਮਜ਼ੋਰੀ ਆ ਰਹੀ ਹੈ ਤਾਂ ਉਹ ਨਹੀਂ ਆਉਣੀ ਚਾਹੀਦੀ। ਪਰ ਸਹਿਮਤ ਨਹੀਂ ਹੈ ਵੀ ਉਹਨੂੰ ਅੱਜ ਕਿਤੇ ਕੋਈ ਨਹੀਂ ਹੈ ਉਸਦਾ, ਜਿਸ ਨੇ ਅੰਦੋਲਨ ਤੋਂ ਬਾਅਦ ਅੱਜ ਕਿਸੇ ਜਗ੍ਹਾ ਤੇ ਕੋਈ ਵਿਰੋਧ ਨਹੀਂ। ਅੱਜ ਨੌਜਵਾਨ ਨਾਲ ਜੁੜੇ, ਅੱਜ ਪਿੰਡਾਂ ਵਿੱਚੋਂ ਦੀ ਵੀ ਨਿਕਲੀ ਹੈ, ਯਾਦ ਨਾਲ ਜੁੜ ਰਹੇ ਨੇ, ਕਿਸਾਨ ਜੁੜ ਰਹੇ ਨੇ, ਤੇ ਮਤਲਬ ਵਾਧਾ ਹੋ ਰਿਹਾ, ਕੋਈ ਉਹ ਚ ਘਾਟਾ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਅੱਗੇ ਤੋਂ ਜ਼ਿਆਦਾ ਮਜ਼ਬੂਤ ਹੋ ਰਿਹਾ, ਬਲਕਿ ਜਿਸ ਤਰੀਕੇ ਨਾਲ ਪੁਰਾਣੇ ਗਏ ਹੋਏ ਵਾਪਸ ਆਏ ਜਾਂ ਲੋਕ ਕਈ ਨਵੇਂ ਜੁੜ ਰਹੇ ਨੇ, ਤੇ ਉਹਦੇ ਨਾਲ ਮੈਨੂੰ ਲੱਗਦਾ ਹੈ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਕੋਈ ਨਾ ਮਾੜਾ ਟਾਈਮ ਨਹੀਂ ਹੋਏਗਾ, ਬੈਟਰ ਟਾਈਮ ਹੀ ਹੋਊਗਾ। ਜਿੱਥੇ ਤੱਕ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ, ਤੇ ਇਹਦੇ ਦੇਖੋ ਜੀ, ਹਮੇਸ਼ਾ ਹੀ ਮੀਰੀ ਪੀਰੀ ਵਾਲਾ ਸਿਸਟਮ ਹੈ ਉਹ ਹਮੇਸ਼ਾ ਰਿਹਾ, ਔਰ ਪੰਥਕ ਪਾਰਟੀ ਹੋਣ ਕਰਕੇ ਹਮੇਸ਼ਾ ਜਿਹੜਾ ਹੈਗਾ ਦੋਨੋਂ ਇਕੱਠੇ ਚੱਲੇ ਨੇ, ਔਰ ਮੈਨੂੰ ਲੱਗਦਾ ਨਹੀਂ ਕਿ ਕਦੇ ਵੀ ਐਸਾ ਹੋਏਗਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੋਂ ਅਲੱਗ ਹੋ ਕੇ ਵੇਖਿਆ ਜਾ ਸਕੂਗਾ, ਕਿਉਂਕਿ ਇਕੱਠੇ ਹਮੇਸ਼ਾ ਸੀਗੇ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਚੱਲਦੇ ਆ। ਭੁੱਲਰ ਸਾਹਿਬ, ਜਿਹੜਾ ਜਸਵੰਤ ਸਿੰਘ ਹੋਰਾਂ ਨੇ ਮਸਲਾ ਹੋਰ ਉਠਾਇਆ, ਇਹ ਤਾਂ ਇਹ ਹੋ ਗਿਆ ਨਾ, ਜਿਹੜੀ ਸ਼੍ਰੋਮਣੀ ਕਮੇਟੀ ਦਾ ਲੰਗਰ ਉਹ ਤਾਂ ਸਾਂਝਾ ਲੰਗਰ ਹੈ, ਤੇ ਜੇ ਕੋਈ ਸਿਆਸੀ ਪਾਰਟੀ ਜ਼ਿਆਦਾ ਇਹ ਹੋਵੇ, ਕੋਈ ਵੀ ਸਿਆਸੀ ਪਾਰਟੀ ਆਪਦੇ ਮਾਰਚ ਕਰੇ ਇੱਥੇ ਲੰਗਰ ਗੁਰਦੁਆਰਿਆਂ ਚੋਂ ਆਵੇ, ਇਹ ਜਦੋਂ ਇਹ ਪੰਜਾਬ ਵਿੱਚ ਆਪਦੇ ਲੰਗਰ ਦੀ ਗੱਲ ਕਰ ਰਹੇ ਨੇ ਜਸਵੰਤ ਸਿੰਘ ਹੋਰੀ। ਵਾਲੀਆ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਨਹੀਂ ਹੈਗਾ ਵੀ ਹਮੇਸ਼ਾ ਜਿਹੜਾ ਲੰਗਰ ਹੈ ਕੋਈ ਗੁਰਦੁਆਰਿਆਂ ਤੋਂ ਆਉਂਦਾ ਹੈ, ਹਾਂ ਜਦੋਂ ਯਾਤਰਾ ਦਾ ਕਿਤੇ ਸਮਾਪਨ ਕਿਸੇ ਗੁਰਦੁਆਰੇ 'ਚ ਹੁੰਦਾ ਹੈ, ਜਿਹੜੀ ਨਾਲ ਗਏ ਹੋਏ ਸੰਗਤ ਆ, ਜਿਹੜੇ ਨਾਲ ਗਏ ਹੋਏ ਲੋਕ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ, ਅਗਰ ਉੱਥੇ ਲੰਗਰ ਛਕ ਲੈਂਦੇ ਤਾਂ ਹਰਜ ਕੀ ਹੈ? ਉਹਦੇ 'ਚ ਦੁਨੀਆਂ ਜਿਹੜੀ ਲੰਗਰ ਦੇ ਕਿੰਤੂ ਪਰੰਤੂ ਕਰਨੀ। ਭਾਈ ਜਸਵੰਤ ਸਿੰਘ ਸਰਹੰਦ ਸਾਹਿਬ, ਇਹ ਠੀਕ ਹੈ ਜੋ ਕਹਿ ਰਹੇ ਨੇ ਭੁੱਲਰ ਸਾਹਿਬ, ਇਹੀ ਗੱਲ ਹੈ। ਜਸਵੰਤ ਸਿੰਘ ਜੀ ਫਤਿਹਗੜ੍ਹ ਸਾਹਿਬ ਪੰਜ ਤਰੀਕ ਨੂੰ ਯਾਤਰਾ ਆਈ ਸੀ ਮੈਂ ਭੁੱਲਰ ਸਾਹਿਬ ਨੂੰ ਬੇਨਤੀ ਕਰੂੰਗਾ ਸਾਹਿਬ ਬਾਦਲ ਸਾਹਿਬ ਉਹਨਾਂ ਨਾਲ ਗੱਲ ਕਰ ਲੈਣ ਇੱਥੇ ਗੱਲ ਕਰ ਲੈਣ ਉਹ ਮਾਰਸੀ ਪਿੰਡ ਇੱਥੋਂ ਸੱਤ ਅੱਠ ਕਿਲੋਮੀਟਰ ਉੱਥੇ ਪੜਾਅ
ਤੇ ਉੱਥੇ ਕਾਨਫਰੰਸ ਰੱਖੀ ਸੀ ਤੇ ਗੁਰਦੁਆਰੇ ਚ ਲੰਗਰ ਬਣ ਕੇ ਗਿਆ। ਪਹਿਲਾਂ ਵੀ ਜਾਂਦਾ ਕੋਈ ਬੜੀ ਗੱਲ ਨਹੀਂ ਹੈ, ਛੋਟੀ ਜਿਹੀ ਮਤਲਬ
बहुत ही खास गल यही गल्लां इन्हां नूं बैकफुट ते लैके जा रही ने। होर भी बहुत गल्लां आईयां जी ने जिहड़े गुरद्वारे बैठ के हो रही ने जिथे कि जथेदार अपनी थानेदारी चलाउंदे ने ते संगत उन्हां नूं मतलब चंगा नहीं समझती है। जिहड़े सिख वोट है इन्हां कोल अकाली दल कोल ਉਹ ਸਿੱਖ ਵੋਟ ਇਸ ਤਰ੍ਹਾਂ ਇਹਨਾਂ ਦੇ ਜਿਹੜੇ ਮਰਿਆਦਾ ਨੂੰ ਭੰਗ ਕਰ ਰਹੇ ਨੇ। ਜਿਵੇਂ ਬਰਾੜ ਸਾਹਿਬ ਨੇ ਦੱਸਿਆ ਵੀ ਨਿਰੰਕਾਰ ਹੁਕਮਨਾਮਾ ਨਹੀਂ ਮੰਨਿਆ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਦਾ, ਉੱਥੇ ਚਲੇ ਗਏ। ਆ ਹੁਣ ਅਕਾਲ ਤਖ਼ਤ ਸਾਹਿਬ ਤੋਂ ਉਦੇਸ਼ ਆਇਆ ਤਾਂ ਵੀ ਕੇਸਰੀ ਨਿਸ਼ਾਨ ਸਾਹਿਬ ਝਲਾਓ ਆਪਣੇ ਘਰਾਂ ਤੇ, ਦੱਸੋ ਕਿੰਨਿਆਂ ਨੇ ਝਲਾਏ ਨੇ। ਅਕਾਲੀਆਂ ਦੇ ਆਪਣੇ ਦੇ ਉਹਨਾਂ ਦੇ ਅਕਾਲੀਆਂ ਦੇ ਨਿਸ਼ਾਨ ਸਾਹਿਬ ਨੇ ਝੁੱਲੇ ਹੈ। ਤੇ ਇਸ ਗੱਲ ਕਰਕੇ ਭੁੱਲਰ ਸਾਹਿਬ ਇਹਨੂੰ ਗੱਲ ਨੂੰ ਗੌਰ ਕਰੋ। ਗੁਰਦੁਆਰੇ ਆਵੇ ਕੋਈ ਮਰਜ਼ੀ ਛੱਡ ਕੇ ਸਾਨੂੰ ਕੋਈ ਹਰਜ ਨਹੀਂ। ਗੁਰਦੁਆਰੇ ਚ ਸੁਖਵੀਰ ਬਾਦਲ ਸਾਰੇ ਫੌਜ ਲਿਆਓ, ਸਾਰੇ ਅਕਾਲੀ ਦਲ ਨੂੰ ਇਕੱਠਾ ਕਰ ਲਓ ਗੁਰਦੁਆਰੇ ਚ, ਕੋਈ ਗੱਲ ਨਹੀਂ। ਲੰਗਰ ਛਕੋ, ਲੰਗਰ ਹੈ ਗੁਰਦੁਆਰੇ ਦੇ ਹਾਲ ਚ, ਜੋ ਬੈਠ ਕੇ ਲੰਗਰ ਛਕ ਲੈ। ਜੋ ਉੱਥੋਂ ਲੰਗਰ ਗੱਡੀਆਂ ਚ ਭਰ ਕੇ ਜਾਣਾ, ਸਪੈਸ਼ਲ ਬਣ ਕੇ ਜਾਣਾ ਤੇ ਉੱਥੇ ਜਾ ਕੇ ਵਰਤਾਉਣਾ, ਉਹ ਕਾਨਫਰੰਸ ਜਿੱਥੇ ਕਰ ਰਹੇ ਨੇ ਅਕਾਲੀ ਕਰ ਰਹੇ ਜਾਂ ਹੋਰ ਕਰ ਰਹੇ ਨੇ ਆਪਣੇ, ਤਾਂ ਅਮੁਕ ਉਹ ਤਾਂ ਮੇਰੇ ਲੱਗਦਾ ਜਾਇਜ਼ ਨਹੀਂ ਲੱਗਦਾ ਸਾਨੂੰ। ਠੀਕ ਠੀਕ ਹੈ, ਠੀਕ ਹੈ, ਤੁਹਾਡੀ ਗੱਲ ਨਾਲ ਚਲੋ ਤੁਹਾਡੀ ਗੱਲ ਨੂੰ ਅੱਗੇ ਵਾਧਾ ਕਰਨਾ ਹੈ। ਜਿੰਨੇ ਆ ਧਰਨੇ ਲੱਗਦੇ ਨੇ, ਚਾਹੇ ਕਿਸਾਨਾਂ ਦੇ ਧਰਨੇ ਲੱਗਣ ਜਾਂ ਹੋਰ ਲੱਗਣ, ਲੰਗਰ ਤੇ ਦੇਖੋ ਐਸਜੀਪੀਸੀ ਜਾਂ ਗੁਰਦੁਆਰਾ ਤਾਂ ਉੱਥੇ ਵੀ ਜਾਂਦਾ। ਹੁਣ ਜੇਕਰ ਆਪਾਂ ਇਹ ਕਹੀਏ ਵੀ ਨਹੀਂ ਅਸੀਂ ਕਿਤੇ ਧਰਨਾ ਲੱਗਿਆ ਜਾਂ ਕੁਛ ਹੈ ਜਾਂ ਕਿਤੇ ਕੋਈ ਕਿਸੇ ਵੀ ਪਾਰਟੀ ਨੇ ਲਾਇਆ ਹੋਵੇ, ਲੰਗਰ ਤੇ ਹਮੇਸ਼ਾ ਉੱਥੇ ਵੀ ਜਾਂਦਾ। ਕੋਈ ਇਹ ਕਿਉਂ ਨਹੀਂ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ। ਭੁੱਲਰ ਸਾਹਿਬ ਜਿਹੜੀ ਕਿਸਾਨੀ ਮੰਗਾਂ ਨੇ ਉਹ ਸਾਡੀਆਂ ਆਪਣੀਆਂ ਮੰਗਾਂ ਨੇ, ਉਹ ਇੱਕ ਪਾਰਟੀ ਦੀਆਂ ਮੰਗਾਂ ਨਹੀਂ ਹੈ, ਉਹ ਸਭ ਜਨਰਲ ਮੰਗਾਂ ਨੇ। ਜੇ ਕਿਸਾਨੀ ਅੰਦੋਲਨ ਚ ਤੁਸੀਂ ਲੰਗਰ ਭੇਜ ਤਾਂ ਚੰਗੀ ਗੱਲ ਹੈ, ਜਿਹੜੇ ਤੁਸੀਂ ਆਪਣੇ ਲਈ ਉੱਥੇ ਬੈਠ ਕੇ ਉਹ ਕਰਦੇ ਹੋ ਨਾ। ਜੇ ਤੁਸੀਂ ਮੈਂ ਤੁਹਾਨੂੰ ਇੱਕ ਐਡਵਾਈਸ ਕਰ ਰਿਹਾ, ਮੈਂ ਕੋਈ ਤੁਹਾਡੇ ਨਾਲ ਬਹਿਸ ਨਹੀਂ ਬਹਿਸਣਾ ਹੀ ਚਾਹੁੰਦਾ ਵੀ ਇਹ ਲੋਕਾਂ ਇਹ ਸਿੱਖ ਹਲਕੇ ਇਹ ਗੱਲਾਂ ਨਾਲ ਦੂਰ ਜਾ ਰਹੇ ਨੇ। ਪੈਸਾ ਪੈਸਾ ਚੜ੍ਹਦਾ ਹੈ ਕੋਈ ਮਤਲਬ ਗੁਰਬਾ ਉਹਦੇ ਚ, ਜਿਹੜਾ ਉਹਦੇ ਪੈਸੇ ਦੀ ਜੇ ਦੁਰਵਰਤੋਂ ਹੁੰਦੀ ਹੈ, ਚਾਹੇ ਉਹ ਲੰਗਰ ਦੇ ਰੂਪ ਚ ਹੁੰਦੀ ਹੈ ਚਾਹੇ ਉਹ ਹੋਰ ਖਰਚਿਆਂ ਦੇ ਰੂਪ ਚ ਹੁੰਦੀ ਹੈ, ਉਹਦਾ ਪਹਿਲਾਂ ਵੀ ਰੌਲਾ ਪੈਂਦਾ ਰਿਹਾ। ਦੇਖੋ ਜਿਹੜੀ ਅਕਾਲੀ ਦਲ ਜਿਹੜੀ ਮਰਜ਼ੀ ਪਾਰਟੀ ਉੱਥੇ ਜਿਹੜਾ ਜੰਤਰ ਮੰਤਰ ਜਾਂ ਰਾਮਲੀਲਾ ਗਰਾਊਂਡ ਜਾਂਦੀ ਹੈ, ਜੇ ਕੋਈ ਮੰਗ ਕਰਦਾ ਉੱਥੇ ਲੰਗਰ ਚਲਾ ਜਾਂਦਾ। ਇਹ ਤਾਂ ਸੁਣਿਆ ਮੈਂ ਇਸ ਗੱਲ ਨੂੰ ਤਾਂ। ਖੈਰ ਇਹ ਇੱਕ ਵੱਖਰਾ ਮਸਲਾ, ਅਸੀਂ ਤਾਂ ਗੱਲ ਇਹ ਕਰ ਰਹੇ ਹਾਂ ਕਿ ਇੱਕੋ ਇੱਕ ਖੇਤਰੀ ਪਾਰਟੀ, ਜੇ ਉਹਦੇ ਚ ਏਕਤਾ ਹੋਈ ਸੀ ਕਿ ਏਕਤਾ ਬਰਕਰਾਰ ਰਹੂਗੀ, ਜਾਂ ਜਿਹੜੀ ਇਲੈਕਸ਼ਨ ਹੁਣ 1 ਜੂਨ ਨੂੰ ਹੋ ਰਹੀ ਹੈ ਉਹਦੇ ਚ ਕੁਛ ਸੰਭਾਵਨਾਵਾਂ ਬਣਦੀਆਂ ਨੇ, ਅੱਗੇ ਨਾਲੋਂ ਵੱਧ ਅਕਾਲੀ ਦਲ ਕੁਛ ਕਰ ਪਾਊਗਾ, ਇਹਦੇ ਚਰਚਾ ਕਰ ਰਹੇ ਹੈ ਤੇ ਚਰਚਾ ਜਾਰੀ ਰੱਖਾਂਗੇ। ਇੱਕ ਬ੍ਰੇਕ ਹੋਰ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਸੋ ਹੋਲੀ ਸਾਹਿਬ, ਇਹ ਜੋ ਚਰਚਾ ਹੋ ਰਹੀ ਹੈ, ਜਿਸ ਤਰੀਕੇ ਨਾਲ ਹਾਲਾਤ ਬਣਦੇ ਜਾ ਰਹੇ ਨੇ, ਇਹ ਕਿਹੜੇ ਪੱਖ ਨੇ ਜਿਹੜੇ ਜਿਹਨਾਂ ਤੇ ਜ਼ਿਆਦਾ, ਜਿਵੇਂ ਮੈਂ ਸਮਝਦਾ ਕਿ ਡਾਕਟਰ ਰਣ ਸਿੰਘ ਧਾਲੀਵਾਲ ਨੇ ਕਈ ਬਹੁਤ ਬੁਨਿਆਦੀ ਨੁਕਤੇ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਚੇਂਜ ਆਈ ਹੈ, ਪੰਚ ਪ੍ਰਧਾਨੀ ਤੋਂ ਇੱਕ ਬੰਦੇ ਕੋਲ ਪਾਵਰ ਹੋਣੀ, ਤੇ ਉਸ ਤੋਂ ਬਾਅਦ ਜਿਵੇਂ ਜਸਵੰਤ ਸਿੰਘ ਹੋਰਾਂ ਨੇ ਜਾਂ ਜਿਵੇਂ ਵਿਰਾਟ ਸਾਹਿਬ ਨੇ ਕਿਹਾ ਕਿ ਉਹ ਜਿਹੜੇ ਆ ਸਿਧਾਂਤ ਸੀ ਸਿੱਖੀ ਸਿਧਾਂਤ ਉਹਦੇ ਮੁਤਾਬਕ ਨਹੀਂ ਚੱਲ ਰਹੇ, ਕੀ ਕਹਿਣਾ ਕੀ ਹੈ ਤੁਹਾਡਾ ਕਿ ਕੀ ਖਾਸ ਨੁਕਤੇ ਨੇ ਜਿਨ੍ਹਾਂ ਤੇ ਅਕਾਲੀ ਦਲ ਨੂੰ ਸੋਚਣਾ ਚਾਹੀਦਾ? ਜਿਹੜਾ ਇਨਸਾਨ ਨਾ ਹਾਲਾਤਾਂ ਮੁਤਾਬਕ ਵਿਚਾਰ ਕਰਨ ਲੱਗ ਜੇ ਉਹਦੀ ਇਹ ਸੰਭਾਵਨਾ ਬਣਦੀ ਆ ਵੀ ਉਹ ਤਰੱਕੀ ਕਰੂਗਾ। ਜਦੋਂ ਅਸੀਂ ਮੰਨਣੀ ਉਹ ਨਹੀਂ, ਤੁਸੀਂ ਦੇਖੋ ਕਾਂਗਰਸ ਵੀ ਰੈਲੀਆਂ ਕਰਦੀ ਹੈ, ਆਮ ਵੀ, ਦੂਜੇ ਤੀਜੇ ਸਾਰੇ। ਭੁੱਲਰ ਸਾਹਿਬ ਸਾਡਾ ਭਰਾ, ਇਹ ਤਾਂ ਦੱਸਣ ਨਾ ਵੀ ਉਹਨਾਂ ਨੂੰ ਵੀ ਲੰਗਰ ਅੰਦਰ ਗੁਰੂ ਘਰ ਚੋਂ ਜਾਂਦਾ, ਉਹ ਵੀ ਗੁਰੂ ਘਰਾਂ ਚ ਆਉਂਦੇ ਨੇ। ਜੇ ਆਪਾਂ ਨੂੰ ਇੱਕ ਗੱਲ ਤੇ ਸਿਆਸੀ ਪਾਰਟੀ ਨੂੰ ਉਂਗਲ ਉੱਠਦੀ ਹੈ ਜਦੋਂ ਉਹਦੇ ਤੇ ਆਪਾਂ ਨੂੰ ਵਿਚਾਰ ਕਰਨਾ ਚਾਹੀਦਾ। ਫਿਰ ਦੂਜੇ ਬੱਲੇ ਦੱਸੋ ਅਕਾਲੀ ਦਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰਾਂ ਦੇ ਦਫ਼ਤਰਾਂ ਚ ਦਫ਼ਤਰ ਹੋ ਗਏ, ਦੂਜੀਆਂ ਪਾਰਟੀਆਂ ਨੇ ਵੀ ਖੋਲ ਲਏ ਗੁਰਦੁਆਰਿਆਂ ਚ। ਇਹਨਾਂ ਬਾਰੇ ਜੇ ਆਪਾਂ ਨਹੀਂ ਵਿਚਾਰਾਂਗੇ ਫਿਰ ਹਾਲਾਤ ਇਹੀ ਚਰਚਾ ਹੋਊਗੀ। ਆਪਾਂ ਵੋਟ ਲੈਣ ਦੀ ਬਜਾਏ ਲੋਕਾਂ ਨੂੰ ਦੂਰ ਕਰੀ ਜਾਵਾਂਗੇ। ਇਹ ਬਣਨਾ ਤਾਂ ਸਰਕਾਰ ਬਣਾਉਣੀ ਆ, ਪਹਿਲਾਂ ਵੀ ਬਣਾਉਂਦੇ ਰਹੇ ਹੋ,
सरकार बना के गुरु घर साफ सुथरे प्रबंध करने सड़क बना हो बजाय आप दूजे बंदे कह रहा भी साडा कब्जा जी असि जिम्मे मर्जी करिए सानू कोई टोक नहीं सकता करके बालिया साहब यह हो रहा है। दूजे बंदे एक होर याद करो सरदार सुखदेव सिंह ढींडसा यह सारे ने रलेवा कर लिया सरदार सुखबीर सिंह बादल हो गए सरहद बीमार मेरे मुताबिक सरहदे हुए सी ਉਹ ਤੋਂ ਬਾਅਦ ਕੋਈ ਹੋਰ ਵੱਡਾ ਲੀਡਰ ਨਹੀਂ ਦਿਖਿਆ ਜਦੋਂ ਬਿਮਾਰ ਹੋ ਕੇ ਪੈ ਗਏ ਇੱਕ ਦਿਨ ਲਈ ਜਦੇ ਬਿਕਰਮ ਮਜੀਠੀਆ ਬਹਿ ਗਿਆ ਉਹ ਕੁਰਸੀ ਤੇ ਆ ਕੇ ਵੀ ਕਿਤੇ ਹੋਰ ਨਾ ਕੋਈ ਬਹਿ ਜੇ ਇੰਨਾ ਜੇ ਸਾਨੂੰ ਸਾਡਿਆਂ ਦੇ ਹੀ ਵਿਸ਼ਵਾਸ ਨਹੀਂ ਫਿਰ ਅਕਾਲੀ ਦਲ ਚ ਇੱਕੇ ਵਾਲੀ ਗੱਲ ਕਿੱਥੇ ਹੈ ਕੀ ਹੋ ਰਿਹਾ ਹੈ ਕਿਉਂ ਚਿੰਤਾ ਹੈ ਜਿਹਨੇ ਤੁਸੀਂ ਰਲਾ ਲਏ ਤੁਹਾਡੀ ਪਾਰਟੀ ਚ ਉਹਨਾਂ ਨੇ ਵਿਚਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਵੱਲ ਵੀ ਪਿੱਠ ਕੀਤੀ ਕਿਸਾਨੀ ਅੰਦੋਲਨ ਵੱਲ ਵੀ ਪਿੱਠ ਕੀਤੀ ਉਹਨਾਂ ਨੇ ਸੋਚ ਕੇ ਵੀ ਚਲੋ ਅਕਾਲੀ ਦਲ ਪੁਰਾਣਾ ਹੈ ਇਹਨਾਂ ਨਾਲੇ ਰਲ ਜੀ ਆਪਾਂ ਜਾ ਕੇ ਤੁਹਾਡੇ ਨਾਲ ਰਲੇ ਜਾ ਕੇ ਉਹਨਾਂ ਨੂੰ ਕੀ ਪਤਾ ਸੀ ਵੀ ਤੁਹਾਡੇ ਮਨ ਚ ਖੋਟ ਹੈ ਫਿਰ ਤੁਸੀਂ ਉਹਨਾਂ ਨੂੰ ਰਗੜ ਕੇ ਰੱਖੋਗੇ ਇਹਦੇ ਕਰਕੇ ਜੇ ਅਕਾਲੀ ਦਲ ਇੰਨੇ ਹੀ ਰਾਜਨੀਤੀ ਚ ਚਾਰ ਰੱਖਦਾ ਸਿਆਸੀ ਪਾਰਟੀ ਹੈ ਤਾਂ ਬਾਬੇ ਗੁਰੂ ਘਰਾਂ ਦਾ ਤਾਂ ਇੱਧਰੋਂ ਖਿਆਲ ਛੱਡ ਦੇਵੇ ਇੱਧਰ ਕਾਰੋਬਾਰ ਵਧੀਆ ਚਲਾਉਣ ਆਪਣੀ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਬਣਾਉਣ ਜਿਹੜੀਆਂ ਪਾਰਟੀਆਂ ਕੋਲ ਗੁਰਦੁਆਰੇ ਨਹੀਂ ਹੈਗੇ ਉਹ ਕਿਹੜਾ ਸਰਕਾਰ ਨਹੀਂ ਬਣਾਉਂਦੀਆਂ ਜੀ ਉਹ ਵੀ ਸਰਕਾਰਾਂ ਬਣਾਉਂਦੀਆਂ ਨੇ ਇਹ ਵੀ ਇੱਧਰ ਨੂੰ ਵਧੇ ਹੋਏ ਨੇ ਪਹਿਲਾਂ ਇਹਨਾਂ ਨੇ ਮੋਗੇ ਰੈਲੀ 'ਚ ਐਲਾਨ ਕਰਿਆ ਹੋਈ ਆ ਪੰਜਾਬੀ ਪਾਰਟੀ ਦਾ ਉਹਦੇ ਤੇ ਅਮਲ ਕਰ ਲੈਣ ਅੱਧਾ ਝਮੇਲਾ ਝਗੜਾ ਤਾਂ ਇੱਥੋਂ ਹੀ ਮੁੱਕ ਜੂਗਾ ਨਾ ਇਹ ਸਾਰਾ ਕੁਝ ਸਾਡਾ ਆਜ਼ਾਦ ਹੋ ਜੂਗਾ ਗੁਰੂ ਘਰ ਹੋ ਜਾਣਗੇ ਤਖਤ ਆਜ਼ਾਦ ਹੋ ਜਾਣਗੇ ਉਹ ਪਿਛਲੀ ਕੋਰ ਕਮੇਟੀ 'ਚ ਪੰਜਾਬੀ ਪਾਰਟੀ ਤੋਂ ਦੁਬਾਰਾ ਉਸੇ ਏਜੰਡੇ 'ਤੇ ਆ ਗਏ ਉਹ ਸਿਧਾਂਤ ਉਹਨਾਂ ਦੇ ਉੱਤੇ ਨੇ ਜੇ ਉਹਨਾਂ ਨੇ ਮੰਨਣ ਦਾ ਫਿਰ ਅਕਾਲੀ ਦਲ ਫਿਰ ਸਮਝੌਤਾ ਨਾ ਕਰ ਲੈਂਦਾ ਭਾਰਤੀ ਜਨਤਾ ਪਾਰਟੀ ਨਾਲ ਜਿਵੇਂ ਬਾਦਲ ਸਾਹਿਬ ਕਹਿ ਰਹੇ ਨੇ ਜਿਵੇਂ ਕੋਰ ਕਮੇਟੀ ਚ ਫੈਸਲਾ ਹੋਇਆ ਖੈਰ ਜਸਵੰਤ ਸਿੰਘ ਸਰਹੰਦ ਸਾਹਿਬ ਜਿਸ ਤਰ੍ਹਾਂ ਦੀ ਇਹ ਤੁਸੀਂ ਗੱਲ ਨੁਕਤੇ ਉਠਾਏ ਤੁਸੀਂ ਇੱਕ ਪੱਤਰਕਾਰ ਹੋ ਲੋਕਾਂ ਨਾਲ ਗੱਲ ਕਰਦੇ ਹੋ ਇਹ ਤੁਹਾਡੀ ਆਪਦੀ ਆਬਜ਼ਰਵੇਸ਼ਨ ਹੈ ਜਾਂ ਲੋਕਾਂ ਦੀ ਸਿੱਖਾਂ ਦੀ ਕਿਹਦੀ ਆਬਜ਼ਰਵੇਸ਼ਨ ਹੈ ਇਹ ਅਕਾਲੀ ਦਲ ਤੋਂ ਵਰਕਰ ਕਿਉਂ ਦੂਰ ਹੋਏ ਇਹ ਬਹੁਤ ਬੜੀਆਂ ਗੱਲਾਂ ਨੇ ਕਿਉਂ ਅਕਾਲੀ ਦਲ ਨੇ ਵਿਚਾਰਿਆ ਨੇ ਚੁਣਦਾ ਕਮੇਟੀ ਨੇ ਇਹ ਪਹਿਲਾਂ ਸਿਫਾਰਿਸ਼ਾਂ ਕਰੀਆਂ ਵੀ ਸੀ ਅਕਾਲੀ ਵਰਕਰਾਂ ਦੀ ਰਾਏ ਲੈ ਕੇ ਪਰ ਉਹ ਮੰਨੀਆਂ ਨਹੀਂ ਗਈਆਂ ਹੈਗੀਆਂ ਤੇ ਇਸ ਗੱਲ ਕਰਕੇ ਇਹਨਾਂ ਨੂੰ ਹੇਠਲੇ ਪੱਧਰ ਤੇ ਜ਼ਮੀਨੀ ਪੱਧਰ ਤੇ ਆਉਣਾ ਚਾਹੀਦਾ ਇਕੱਲੇ ਗੁਰਦੁਆਰਿਆਂ 'ਚ ਬੈਠ ਕੇ ਸਿਆਸਤ ਨਹੀਂ ਕਰਨੀ ਚਾਹੀਦੀ ਜਿਵੇਂ ਕਿ ਹੁਣ ਇਹਨਾਂ ਨੇ ਮੀਰੀ ਪੀਰੀ ਦੀ ਗੱਲ ਕਰੀ ਹੈ ਹੁਣ ਮੀਰੀ ਪੀਰੀ ਦਾ ਅਰਥ ਕਿਆ ਹੈ ਉਹ ਸਮਝਣ ਦੀ ਲੋੜ ਹੈ ਤੇ ਇਹਨਾਂ ਨੇ ਜਿਹੜੀ ਗੱਲ ਹੈ ਸ਼ਕਤੀ ਤੇ ਭਗਤੀ ਇਕੱਠੀ ਕਰੀ ਸੀ ਮਹਾਰਾਜ ਨੇ ਤੇ ਉਹ ਸ਼ਕਤੀ ਦੇ ਨਾਲ ਮਤਲਬ ਰਾਜ ਨੂੰ ਚਲਾਇਆ ਸੀ ਤੇ ਹੁਣ 2200 ਘੋੜ ਸਵਾਰ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੇ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਜਦੋਂ ਮੀਰੀ ਪੀਰੀ ਦੀਆਂ ਕਿਰਪਾਨਾਂ ਦੋ ਪਹਿਨੀਆਂ ਨੇ ਹੁਣ ਜਿਹੜਾ ਅਕਾਲੀ ਦਲ ਜਿਹੜਾ ਸਮਝਦਾ ਉਹਦੇ 'ਚ ਇੱਕ ਗੱਲ ਮੈਂ ਤੁਹਾਨੂੰ ਦੱਸਿਆ ਈਗੋ ਬਹੁਤ ਹੈ ਇਹ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਜਥੇਦਾਰ ਹੁਣ ਜਿਹੜੇ ਨਵੇਂ ਮੁੰਡੇ ਆ ਗਏ ਨੇ ਉਹਨਾਂ ਕੋਲ ਹਲਾ ਲਾਲ ਹੈ ਉਹਨਾਂ ਕੋਲ ਅਕਾਲੀ ਸਿਧਾਂਤ ਦੀ ਕੋਈ ਗੱਲ ਹੀ ਨਹੀਂ ਹੈ ਅਕਾਲੀ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਬਾਹਰ ਕੁਰਬਾਨੀਆਂ ਭਰਿਆ ਇਤਿਹਾਸ ਹੈ ਇਹਦਾ ਉਹ ਇਤਿਹਾਸ ਨੂੰ ਅੱਜ ਜੇ ਮਤਲਬ ਇੱਕ ਪਾਸੇ ਕਰਿਆ ਜਾ ਰਿਹਾ ਤਾਂ ਉਹ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦੀਆਂ ਮਤਲਬ ਵੀ ਆਪਣੀਆਂ ਗਲਤ ਫਹਿਮੀਆਂ ਲਾ ਲਈਏ ਜਾਂ ਉਹਨਾਂ ਦੀਆਂ ਹਉਮੈ ਹੰਕਾਰ ਲਾ ਲਈਏ ਉਹਦੇ ਕਰਕੇ ਇਹਨੂੰ ਤਹਿਤ ਨਹਿਸ਼ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵਰਗੀ ਕੋਈ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਬਹੁਤ ਬੜੀਆਂ ਇਹਨਾਂ ਨੇ ਲੜਾਈਆਂ ਲੜੀਆਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੀ ਹੈ ਪਰ ਜਿਹੜੀ ਅੱਜ ਗੱਲ ਆ ਰਹੀ ਹੈ ਸੰਭਾਵਨਾਵਾਂ ਜਿਹੜੀ ਤੁਸੀਂ ਗੱਲ ਕਰ ਰਹੇ ਮੌਜੂਦਾ ਸਥਿਤੀ 'ਚ ਮੌਜੂਦਾ ਸਥਿਤੀ 'ਚ ਜਿਹੜੇ ਸੰਭਾਵਨਾਵਾਂ ਇਹਨਾਂ ਦੀਆਂ ਬਹੁਤ ਮਤਲਬ ਵੀ ਮੱਧਮ ਪੈ ਰਹੀਆਂ ਨੇ ਇੱਕ ਵਾਰ ਹਾਈ ਆ ਗਏ ਸੀ ਇਹ ਤੇ ਹੁਣ ਜਿਹੜੇ ਕੈਂਡੀਡੇਟ ਦੇ ਰਹੇ ਨੇ ਇਹ ਦੇਖੋ ਪਟਿਆਲੇ ਤੇ ਐਨ ਕੇ ਸ਼ਰਮਾ ਆਪਾਂ ਲਾ ਲਈਏ ਮਹਾਰਾਣੀ ਪ੍ਰਨੀਤ ਕੌਰ ਖੜੀ ਹੈ ਉੱਧਰ ਧਰਮਵੀਰ ਗਾਂਧੀ ਖੜਾ ਹੈ ਤੇ ਦੂਸਰੇ ਪਾਸੇ ਆਪਾਂ ਲਾ ਕੇ ਚੱਲੇ ਉੱਥੇ ਇਹੋ ਜਿਹਾ ਕੈਂਡੀਡੇਟ ਦੇਣਾ ਤੇ ਕੋਈ ਨਾ ਕੋਈ ਸਮਝੌਤਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਆਪਾਂ ਬਠਿੰਡਾ ਦੀ ਆਪਾਂ ਲਾ ਕੇ ਚੱਲੀਏ ਬਠਿੰਡਾ ਤੋਂ 21,000 ਕੁਛ ਵੋਟਾਂ ਦੇ ਹਰਸਿਮਰਤ ਬਾਦਲ ਜਿੱਤੇ ਸੀ 2019 ਚ ਉਹ ਸੀਟ ਇਹਨਾਂ ਲਈ ਸੇਫ ਨਹੀਂ ਹੈ ਉਹ ਬੀਬਾਂ ਨੂੰ ਹੁਣ ਕਿਤੇ ਹੋਰ ਲੈ ਕੇ ਜਾਣਗੇ ਜਿਹੜੀਆਂ ਸਾਡੀਆਂ ਕਨਸੋਈਆਂ ਨੇ ਤੇ ਹੋ ਸਕਦਾ ਹੈ ਕੋਈ ਹੋਵੇ ਪਰ ਉਹ ਬੀਬਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੇ ਜਿੱਥੇ ਵੀ ਹੋਇਆ ਸਭ ਕੁਛ ਚੱਲੂਗਾ ਉੱਥੇ ਜਾਇਜ਼ ਨਜਾਇਜ਼ ਤੇ ਹੋਰ ਪਾਰਟੀਆਂ ਨਾਲ ਸਮਝੌਤਾ ਹੋਊਗਾ ਜਿਹੜਾ ਸੰਭਾਵਨਾਵਾਂ ਦੀ ਗੱਲ ਜਸਵੰਤ ਸਿੰਘ ਜੀ ਜਿਹੜੀ ਸਮਝੌਤੇ ਦੀਆਂ ਵੀ ਕੈਂਡੀਡੇਟ ਖੜੇ ਕਰਦੀਆਂ ਲੇਕਿਨ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਅੱਜ ਕਲੀਅਰ ਕੀਤਾ ਜੇ ਮੈਂ ਲੜੀ ਤਾਂ ਬਠਿੰਡੇ ਤੇ ਲੜੋ ਤੇ ਇਹ ਆਪਾਂ ਇਸ਼ੂ ਜਦੋਂ ਆਪਾਂ ਕੱਲੇ ਕੱਲੇ ਕੰਸਟੀਟਿਊਸ਼ਨ ਤੇ ਗੱਲ ਕਰਾਂਗੇ ਤੇ ਜਿੱਥੇ ਫਿਰੋਜ਼ਪੁਰ ਕਿਉਂ ਨੀ ਸੁਖਬੀਰ ਸਿੰਘ ਬਾਦਲ ਲੜ ਰਹੇ ਤੇ ਕੀ ਉਹੀ ਗੱਲ ਤਾਂ ਨੀ ਕਿਤੇ ਜਿਹੜੇ
पहला जो बठिंडे देने गल की नवजोत सिंह सिद्धू ने उस तरह के तो नहीं कोई इशारे बहुत सारिया गलां ने लेकिन अज तो असं ये गल करनी चाहते हैं कि जिस तरह के हालात हम बने ने पिछले दो तीन दिनों तो जे जो तो टिकटा अनाउंस हुई ने ते खास तौर पर मुल्का परिवार जाने तो बाद क्यों जी एकता च लग रही थी सारे कट्ठे हो जाएंगे वो फिर कितने ना कि तिड़कती नजर आती है। अभिजीत सिंह बराड़ साहब देखो प्रोफेसर साहब प्रोफेसर रण सिंह धालीवाल के गल च बहुत वजना जिहड़े उन्होंने पंच प्रधानी वाली गल कही सी क्योंकि सिख धर्म का खालसा पंथ की साजना दे विच पंच प्रधानी का बहुत वड्डा रोल आ ते असीं वाकई अकाली दल जिहड़ा जबर ते जुलम के मुकाबले लिए पैदा होया सीगा सिख सिद्धांतां दे अनुसार चलण दे लई उहने बहुत वड्डे वड्डे मोर्चे भी लाए वड्डियां कुरबानियां भी कीतियां इत्थे तक कि आनंदपुर साहब के मते ते बहुत वड्डा मोर्चा लाया ते केंद्र दीआं चूलां तक हिला दीआं सीगीआं बेशक बाद दे विच दरबार साहब ते जो भी होया सारिआं नूं पता है पर उहदा ओह जिहड़ी ओह अकाली दल दी जिहड़ी इक स्पिरिट सीगी मोर्चे लाण दी एक जबर ते जुलम जिथे भी हो रहा है तो उहदे खिलाफ लड़न दी जिवें एमरजेंसी दे विच इन्हां ने इस करके इंदिरा गांधी की तजवीज नहीं मन्नी सीगी भी असीं साडी जिहड़ा साडी पार्टी आ जबर ते जुलम दा मुकाबला करन वाली पार्टी आ असीं इहदा मुकाबला करांगे हालांकि इंदिरा गांधी दी उस समय टौड़ा साहब कोल बड़ी वड्डी ऑफर आई सी सारिआं नूं पता मैं डिटेल च नहीं जाणा चाहुंदा पर मेरा कहण दा भाव आ भी इहनां गल इहनां वल इहनां नूं पिछे मुड़ना पैणा इहनां नूं जिहड़े सिधांत आ पूरे पूरे अपनाए जाने पैने इन्हों दूजे जिहड़ियां पार्टियां उन्हां तों अपना वखरेवा शो करना पैना जिवें इन्हां ने पिछे जे सत्ता दे विच भाईवाल दे अनुसार आ के 370 की विरोधता करती सी UAPA कानून की सपोर्ट च आ गए सीगे हालांकि यह भी गल कही सी भी घट गिणतियां ते वरत्या ना जाए पर वरत्या गया तो मैं ये गल जिहड़ी सरप्रस्त वाली गल आ मैं तुहानूं एक गल होर याद कराना चाहना एक बार संत अजीत सिंह परिवार विछोड़ा नूं भी इन्हां ने सरप्रस्त बनाया सीगा सरदार प्रकाश सिंह बादल ने किसी समय उन्हों का बहुत वड्डा होल्ड हुंदा सीगा इत्थे खास तौर पर जिहड़ा रोपड़ का एरिया उस हल्के दे विच बहुत वड्डा बड़े जझारू आगू सीगे पर वो सरप्रस्त का बेचारे का जो हाल होया वो सब दे सामने आ ते उस दे बाद रणजीत सिंह ब्रह्मपुरा भी कुछ समय लिए सरप्रस्त होए ते वो भी वो चलो दुनिया तो फिर चले गए बीमार हो गए फिर सुखदेव सिंह ढींडसा सरप्रस्त हो गए उन्हों का भी तुहाडे सब दे सामने आ मतलब इधर अकाली दल दे विच सरप्रस्ती नूं मेरा ख्याल कोई बड़ा वड्डा इहदे च मुल नहीं है सरप्रस्त तां मैनूं लगदा उहनूं ही मिलाया जांदा जिहनूं इहनां ने खुट्टे लैण लाणा हुंदा उस हिसाब दे विच अकाली दल दा इह पुराना इतिहास चलिआ आ रिहा है तां पर मैं इह गल कहिणा चाहुंदा जे अकाली दल ने रिवाइव करना तां अकाली दल नूं जिहड़ी आ इहनां नाल यूथ तुरिआ जा रिहा है उहनूं सेध देण दी लोड़ आ ना कि यूथ कांग्रेस वांगू जां BJP दे यूथ वांगू ਉਦਾਂ ਹੀ ਆ ਗਿਆ ਵੀਰ ਸੁਖਬੀਰ ਆ ਗਿਆ ਵੀਰ ਸੁਖਬੀਰ ਮੈਂ ਇਹਨਾਂ ਦੇ ਆ ਜਿਹੜਾ ਇੱਕ ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਐਂਟਰੀ ਹੋਈ ਆ ਉਸ ਤੋਂ ਪਹਿਲਾਂ ਇਹਨਾਂ ਦੇ ਕੁਝ ਯੂਥ ਵਰਕਰ ਬੜੀਆਂ ਬੜੀਆਂ ਵੀਡੀਓ ਲਾ ਕੇ ਆ ਗਿਆ ਸਾਡਾ ਵੀਰ ਸੁਖਬੀਰ ਆ ਗਿਆ ਸਾਡਾ ਵੀਰ ਸੁਖਬੀਰ ਉਹੋ ਜਿਹੀਆਂ ਟੇਪਾਂ ਲਾ ਕੇ ਵੀਡੀਓ ਲਾ ਕੇ ਐਂ ਘੁਮਾ ਰਹੇ ਤੇ ਗੀਤ ਲਾ ਕੇ ਸੋ ਇਹ ਇਹਨਾਂ ਨੂੰ ਸੇਧ ਦੇਣਾ ਪਊਗਾ ਇਹਨਾਂ ਨੂੰ ਗੁਰਮਤਿ ਕੰਪ ਲਾ ਕੇ ਸਿੱਖ ਸਿਧਾਂਤਾਂ ਦੀ ਸੇਧ ਦੇਣੀ ਪਊਗੀ ਜਦੋਂ ਤੱਕ ਇਹ ਆਪਣੇ ਵਿਰਸੇ ਵੱਲ ਨਹੀਂ ਮੁੜਦੇ ਇਹ ਯਾਦ ਰੱਖਿਓ ਅਕਾਲੀ ਦਲ ਕਦੇ ਰਿਵਾਈਵ ਨਹੀਂ ਹੋ ਸਕਦਾ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਤੇ ਅਬਦ ਦੀ ਪੂਰੀ ਜਿਹੜੀ ਮਾਣ ਇੱਜ਼ਤ ਸਿੱਖ ਸਿਧਾਂਤਾਂ ਵੱਲ ਜਿਹੜੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਹੋਏ ਆ ਚਾਹੇ ਉਹ ਰਿਆਸਤੀ ਝੰਡੇ ਲਹਿਰਾਉਣ ਦਾ ਹੋਇਆ ਜਾਂ ਗੋਦੀ ਮੀਡੀਆ ਤੇ ਕੇਸ ਚਲਾਉਣ ਦਾ ਹੋਇਆ ਜਾਂ ਜਿਹੜੇ ਹੁਣ ਹੋ ਰਹੇ ਆ ਜਿਵੇਂ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਮਾਤਾਵਾਂ ਤੇ ਹੋਰ ਫੜੋ ਫੜੀ ਹੋਈ ਸੀਗੀ ਉਹ ਸਮੇਂ ਇੱਕ ਅਕਾਲੀ ਦਲ ਕੋਲ ਇੱਕ ਬਹੁਤ ਵਧੀਆ ਮੌਕਾ ਸੀਗਾ ਸਟੈਂਡ ਲੈਣ ਦਾ ਜਬਰ ਤੇ ਜ਼ੁਲਮ ਦਾ ਖਿਲਾਫ ਜੇ ਅੱਜ ਅਸੀਂ ਆਪਣੀਆਂ ਮਾਵਾਂ ਭੈਣਾਂ ਦੀ ਰਾਖੀ ਨਹੀਂ ਕਰ ਸਕਦੇ ਜਦੋਂ ਕਿ ਸਾਡੇ ਸਿੱਖ 18ਵੀਂ ਸਦੀ 'ਚ ਗਜਨੀ ਤੋਂ ਜਾ ਕੇ ਵੀ ਉਹ ਦੂਜਿਆਂ ਦੀਆਂ ਬਹੁ ਬੇਟੀਆਂ ਨੂੰ ਛੁਡਾ ਕੇ ਲਿਆਉਂਦੇ ਰਹੇ ਆ ਤਾਂ ਲਾਣ ਤਾਂ ਸਾਡੇ ਦੇ ਸਿੱਖ ਹੋਣ ਤੇ ਸਾਡੇ ਅਕਾਲੀ ਦਲ ਹੋਣ ਤੇ ਮੈਂ ਇਹ ਗੱਲ ਕਹਿਣਾ ਅਕਾਲੀ ਦਲ ਨੇ ਜੇ ਰਿਵਾਈਵ ਕਰਨਾ ਤਾਂ ਬਿਲਕੁਲ 100% ਇਹਨਾਂ ਨੂੰ ਉਸ ਪਾਸੇ ਵੱਲ ਮੁੜਨਾ ਪਊਗਾ ਬਿਲਕੁਲ ਠੀਕ ਹੈ ਇਸ ਤੋਂ ਪਹਿਲਾਂ ਕਿ ਮੈਂ ਲਾਸਟ ਟਿੱਪਣੀ ਲਵਾਂ ਸਾਡੇ ਅੱਜ ਦੇ ਮਾਹਰ ਡਾਕਟਰ ਰਣ ਸਿੰਘ ਧਾਲੀਵਾਲ ਦੇ ਪੁੱਲਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਮੈਂ ਸਹਿਮਤ ਹੈ ਕਿ ਚਲੋ ਜੋ ਵੀ ਇਹਨਾਂ ਦੇ ਵਿਚਾਰ ਸਾਡੇ ਲਈ ਆ ਰਹੇ ਆ ਜਿਹੜੇ ਪੋਜ਼ਿਟਿਵ ਹੈਗੇ ਆ ਸਾਨੂੰ ਅਡੋਪਟ ਕਰਨੇ ਚਾਹੀਦੇ ਆ ਅਸੀਂ ਉਹਦਾ ਵਿਚਾਰ ਵਟਾਂਦਰਾ ਵੀ ਕਰਾਂਗੇ ਬਾਕੀ ਜਿੱਥੋਂ ਤੱਕ ਸਵਾਲ ਹੈਗਾ ਹੈ ਕਿ ਪੰਥਕ ਮਸਲਿਆਂ 'ਚ ਕਿਉਂਕਿ ਅਸੀਂ ਪੰਥਕ ਪਾਰਟੀ ਹੈ ਔਰ ਨੈਚੁਰਲੀ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਹਰ ਚੀਜ਼ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹੈ ਚਾਹੇ ਹੋਰ 10 ਅਕਾਲੀ ਦਲ ਬਣ ਗਏ ਹੁਣ ਉਹਨਾਂ ਨੂੰ ਕਦੀ ਕੋਈ ਸਵਾਲ ਨਹੀਂ ਹੋਊਗਾ ਇਹ ਸਵਾਲ ਨਾ ਮਾਨ ਸਾਹਿਬ ਨੂੰ ਹੋਊਗਾ ਨਾ ਰਵਿੰਦਰ ਸਾਹਿਬ ਨੂੰ ਹੋਊਗਾ ਨਾ ਕਿਸੇ ਹੋਰ ਨੂੰ ਹੋਊਗਾ ਇਹਦੇ ਸੋਲੀ ਸਾਹਿਬ ਨੂੰ ਵੀ ਨਹੀਂ ਹੋਊਗਾ ਕਿਉਂਕਿ ਇਹ ਸਵਾਲ ਤੇ ਕੋਈ ਵੀ ਜਿਹੜੀ ਗੱਲ ਉੱਠੂਗੀ ਉਹ ਸੁਖਬੀਰ ਬਾਦਲ ਸਾਹਿਬ ਨੂੰ ਹੋਣਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਣਾ ਹੈ
क्योंकि पंथक पार्टी क्योंकि यह भी मानते हैं भी इको एक पार्टी है जी श्रोमणी अकाली दल है वो पंजाब की पंथक पार्टी है पंजाबियों की लड़ाई यही पार्टी लड़ सकती है तो सवाल भी साढ़े तो हमने नैचुरली और इन्होंने सवालों लिए अभी बिल्कुल तैयार है और इन्होंने जवाब देने भी तैयार है अभी मेरा यही हाथ जोड़ के बेनती है सारे भी अज अगर इन्ना वड्डा एक स्टैप लिया असी जिहड़ियां सेंटर दियां सरकारां ने जिहड़ियां सेंटर तों चलदियां ने चाहे वह आम आदमी पार्टी है चाहे कांग्रेस है चाहे बीजेपी है उहदे खिलाफ असीं स्टैंड लाए खड़े होए हैं तो मैनूं लगता है सारे बुद्धिजीवी जिहड़े पंथगत ऐसी जिहड़ियां भी पार्टियां ने उन्हां नूं सुखबीर बादल होणा नाल मोढे नाल मोढा लाए खड़े होना चाहिए अज लड़ाई जा रहे हैं दोबारा अज अहीं अगर फेरदी है इस गल दी वी अहीं सेंटर दियां सरकारां नाल लड़ाई लड़ांगे जी भुल्लर साहब क्योंकि वक्त घट है सोढ़ी साहब का मैं इशारा देख लिया सोढ़ी साहब सिर्फ अद्धा कु मिनट है थोड़े को मैं धालीवाल साहब की टिप्पणी लैनी है भुल्लर साहब के मूंह च के हो सकल के जो साडे कोल साफ सुथरी श्रोमणी गुरद्वारा प्रबंधक कमेटी सारा सिस्टम आ गया उदो जे साडे दलां नूं कदे सवाल उठणगे असीं ठोक के जवाब दिया करांगे अज तुसीं काबज हो अमर बेल की तरह चिड़े हुए हो जिदे करके सवाल थोनू उठ रहे ने चलो ठीक है भी अज जिस तरीके सेंटर दी सरकारां ने आडा लिया सेंटर दी भावे बीजेपी होवे चाहे श्रोमणी अपने कांग्रेस होवे चाहे आम आदमी पार्टी होवे ਤੁਹਾਨੂੰ ਸਾਰਿਆਂ ਨੂੰ ਸਾਰੇ ਬੁੱਧੀਜੀਵੀ ਜਿਹੜੇ ਪੰਥਕ ਤੈਸੀ ਨੇ ਸਾਨੂੰ ਸਾਰਿਆਂ ਨੂੰ ਸਾਡੇ ਨਾਲ ਖੜੇ ਹੋਣਾ ਚਾਹੀਦਾ ਜੀ 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 ਧਾਲੀਵਾਲ ਸਾਹਿਬ ਜੀ ਵਾਲੀਆ ਸਾਹਿਬ ਮੇਰਾ ਇੱਕ ਟਿੱਪਣੀ ਤੋਂ ਬਾਅਦ ਮੈਂ ਇਸ ਸੰਦਰਭ ਵਿੱਚ ਆਉਣਾ ਪਹਿਲੀ ਟਿੱਪਣੀ ਇਹ ਹੈ ਕਿ ਇਹ ਕਹਿਣਾ ਬੜਾ ਸੌਖਾ ਹੈ ਕਿ ਮੀਰੀ ਪੀਰੀ ਦਾ ਸਿਧਾਂਤ ਹੈ ਪਰ ਇਹ ਭੁੱਲ ਜਾਂਦੇ ਨੇ ਕਿ ਸਿਆਸਤ ਨੀਚੇ ਆ ਧਰਮ ਉੱਤੇ ਹੈ ਇਸ ਗੱਲ ਤੋਂ ਬਿਨਾਂ ਜਿਹੜੀ ਅੱਜ ਦੀ ਸੰਦਰਭ ਦੇ ਵਿੱਚ ਮੈਂ ਗੱਲ ਕਰਨੀ ਚਾਹਾਂਗਾ कि जदों ढींडसा साहब नूं विच रला लिया सी चंगा हुंदा कि इह समझौते ते आ जांदे होर दो सीटां इदां दियां सी जिहड़ियां ढींडसा साहब नूं दित्तियां जा सकदियां सी जे कोई मजबूरी सी कि संगरूर नहीं दित्ती जा सकदी ढींडसा साहब दे ग्रुप चों बीबी गुलशन जिहड़ी पहला मैंबर पार्लीमेंट रह चुकी कोई लैण देण फरीदकोट सीट ते हो सकदा सी बसी तो जिहड़े एमएलए रहे ने जस्टिस निर्मल सिंह फतेहगढ़ साहब तो उत्थे कोई लैण देण हो सकता सी फिर आपां कह सकदे सी कि बहुत सारी सियासी मजबूरियां हुंदियां ने दूजा जेकर एक पार्टी दे प्रधान ने किसे बंदे नूं पहला ही वादा किया होया कि आ सीट तुहानूं दित्ती जाऊगी इस वादे तो संगरूर सीट वादे मुताबक जाऊगी फिर जिहड़ी लीडरशिप कित्थे रहेगी फिर जिहड़ी पंज प्रधानी की गल करदे आ बाकी लीडरां दी सलाह कित्थे रहेगी इहदा मतलब यह होया कि जिन्ने जिहड़े जिहड़े बचन सुखबीर बादल जी नूं देणगे उह फाइनल ने इस तों अगे कोई गल नहीं हुण एक गल फिर मैं कहांगा तुहानूं लोकां दे विच मैं नहीं कहिंदा इह मेरी गल नहीं हैगी मैं तुहानूं ऑब्जरवेशन दस रिहा लोकां दे विच इह भी चर्चा है कि जिहड़ी बीबी परमपाल कौर नूं खड़ा कीता गया इह इक साजिश दे अधीन है गिनी मिथी साजिश दे विच बठिंडे तो उरा परा होया जा सके क्योंकि उत्थे जीतमिंदर सिंह जिहड़े ओह भी अकाली दल का वोट लैणगे परमपाल कौर भी अकाली दल का वोट लऊगी इस तो अगे जेकर हरसिमरत जीती सी केवल ते केवल बठिंडा शहरी वोट सी जिहड़ी शहरी हल्के की असैंबली हल्के की ओहदे बलबूते ते जीती सी जी सो इस करके उत्थे जितना बहुत औखा है ते जेकर यह लग रहा कि जेकर इको एक सीट जेड़ी हरसिमरत कौर बादल जित लेंदी है तां यह लगेगा कि सरदार सुखबीर सिंह बादल नूं इखलाकी तौर पर नैतिक तौर पर प्रधान बने रहने का हक रह जाएगा जेकर वह सीट हर गई तां सुखबीर बादल जिया की जेड़ी अगवाई है वह ते बड़ा प्रश्न चिन्ह लगेगा तो मैनू लगता है कि इस पर बहुत किंतु परंतु होगा तो उन्होंने लीडरशिप से बड़े सवालिया चिन्ह लगनगे हो सकता है वह लीडरशिप बदली भी जाए दूजे पास यह बड़ा जरूरी है पंजाब लई कि पंजाब दे विच अकाली दल वर्गी एक पार्टी जिहड़ी जिहड़ी पंजाबी हितां दी पंजाब दे हितां दी गल करदी है वह जिउंदा रहे अकाली
देखो मैं जी अज असी चर्चा कर रहे थे ना, भावे भुल्लर साहब कह रहे हैं कि साड़ी तो गल क्यों हो रही है सिर्फ कले अकाली दल से, इस करके हो रही है कि लोग ये समझते हैं कि एक खेतरी पार्टी, एक सब तो पुरानी पार्टी पंजाब से, देखो 1920 की बनी हुई पार्टी है और पंजाब के लिए लगातार लड़ते भी रहे हैं, तो लोग चाहते हैं कि पंजाब के हितों की कोई गल करने वाली पार्टी हो, पर ना दी नाले भी गल है कि जो अकाली एकता हो गई सी और उस तो बाद जी एक नैतिकता होंगी है जो समझौता होंगे वो मुताबिक सरप्रस्त बना लिया गया सी, संदीप सिंह ढींडसा उन्होंने गलबात हो सकती सी, उन्होंने तो पूछा भी नहीं गया यह गल, होर तो होर जी संगरूर की सीट पर भी पूछा गया एक गल सामने आई है, इस करके जिहड़ियां अकाली दल च मुड़ त्रेड़ा की जी चर्चा हो रही है उस सिद्धांत च असीं गल कीती सी। ਤੁਹਾਨੂੰ ਇਹ ਪ੍ਰੋਗਰਾਮ ਕੈਸਾ ਲੱਗਿਆ, ਤੁਸੀਂ ਕੀ ਸੋਚਦੇ ਹੋ, ਸਾਨੂੰ ਤੁਸੀਂ ਲਿਖ ਕੇ ਇਸ ਹੰਗਾਰਾ ਭਰ ਸਕਦੇ ਹੋ। ਸੋ ਮੇਰੇ ਦਰਸ਼ਕੋ ਤੁਹਾਨੂੰ ਧੰਨਵਾਦ ਕਰਨ ਦਾ ਸਮਾਂ, ਜਿੰਨੇ ਵੀ ਪੈਨਲਿਸਟ ਨੇ ਉਹਨਾਂ ਦਾ ਧੰਨਵਾਦ ਕਰੀਏ, ਸਰਦਾਰ ਰਜੀਤ ਸਿੰਘ ਭੱਲਰ ਸਾਹਿਬ ਔਰ ਪਰਮਜੀਤ ਸਿੰਘ ਸੋਢੀ ਸਾਹਿਬ, ਜਸਵੰਤ ਸਿੰਘ ਸਰਾਂਜੀ ਔਰ ਡਾਕਟਰ ਰਣ ਸਿੰਘ ਧਾਲੀਵਾਲ ਔਰ ਐਡਵੋਕੇਟ ਉਪਜੀਤ ਸਿੰਘ ਬਰਾੜ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਤੇ ਆਪਣੀ ਗੱਲ ਰੱਖੀ। ਪਿਆਰੇ ਦਰਸ਼ਕੋ ਤੁਹਾਡਾ ਵੀ ਧੰਨਵਾਦ, ਕੱਲ੍ਹ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਚ ਮਿਲਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਚਰਚਾ